ਮਤਲਬ ਨਹੀਂ ਹੁੰਦਾ, ਜਿਹੜਾ ਲੱਗੇਗਾ ਕੇਸ ਹੋਰ ਵੀ ਹੀ ਪੂਰਾ ਸਫਰ, ਹੋ ਗਿਆ ਜੀ, ਕਿਵੇਂ ਅਗਰ ਕਹਿ ਸਕਦੇ ਆ ਪਹਿਲਾਂ ਕਰੰਟਰ ਦਾ ਵਿੱਚ ਕਿਰਦਾਰ ਹੀ ਖਤਮ ਹੋ ਜਾਂਦਾ ਅਗਰ ਕਰੰਟਰ ਨਹੀਂ ਨਹੀਂ ਲੱਗਣਾ ਲੱਗੇਗਾ ਕਰੰਟਰ ਮਤਲਬ ਵਜੇ ਸਾਡੇ ਅੰਬ ਤੇ ਸਾਨੂੰ ਸਾਡੇ ਪੈਸੇ ਮਹੀਨੇ ਚਾਹੀਦੇ ਨੇ ਮਾਰ ਨਹੀਂ ਜਾਵੇ ਮਾਰ ਜਾਵੇ ਅਸੀਂ ਨਾ ਮੈਂ ਮੇਰਾ ਮੇਰਾ ਸਵਾਲ ਦਾ ਤੁਸੀਂ ਇੱਕ ਦੂਜੇ ਬੰਦੇ ਨੂੰ ਲੱਗੇ ਹੋ ਮੈਂ ਜਿਹੜਾ ਸਵਾਲ ਪੁੱਛਣਾ ਪਿਆ ਵਾਂ ਇਹ ਸ਼ਰਾਬੀ ਨੂੰ ਅਸੀਂ ਨਹੀਂ ਛੱਡਣਾ ਸਲਾਮ ਦੀ ਕੀ ਤਰੀਮ ਹੈ ਹਾਂ ਜਮਸੀਰ ਮੋਦਰ ਇੱਕ ਸਾਥ ਸਾਥ ਜਾਓ ਇਹ ਤਲੀਮ ਹੈ ਛੇ ਸਰ ਜਾਓ ਲਿਖ ਆਪਣੇ ਕਿਰਦਾਰ ਤੇ ਆਪਣੇ اخلاص ਨੂੰ ਨਹੀਂ ਛੱਡਣਾ ਕਿਰਦਾਰ ਹੈ ਮਤਲਬ ਅਗਰ ਤੁਸੀਂ ਕੇਸ ਸਰਵ ਕੀਤਾ ਹੈ ਜਿੱਤ ਗਏ ਹੋ ਅਗਰ ਦਲਾਇਲ ਵਿੱਚ ਜਿੱਤ ਨਹੀਂ ਗਏ ਅਗਰ ਕਿਰਦਾਰ ਤੇ اخلاص ਛੱਡਦੇ ਹੋ ਤੇ ਮੌਲਵੀ ਸਾਹਿਬ ਮੈਨੂੰ ਇਹ ਦੱਸੋ ਮੇਰੀ ਗੱਲ ਸੁਣੋ ਤੁਸੀਂ ਵੱਡੇ ਹੋ ਕੀ ਜਮਸੀਰ ਮੋਦਰ ਦੇ ਸਾਥ ਸਾਥ ਇਹ ਤਲੀਮ ਹੈ ਕਿ ਸ਼ਰਾਬ ਪੀਓ ਯਾਰ ਸ਼ਰਾਬ ਇਸ ਵਿਸ਼ੇ ਦੀ ਮੈਂ ਤਾਂ ਸ਼ਰਾਬ ਦੇ ਤਲੀਮ ਹੋ ਆ ਗਿਆ ਦਿੱਕਤ ਕਿ ਕਿਉਂ ਸ਼ਰਾਬ ਸ਼ਰਾਬ ਪੀ ਕੇ ਲੀਮ ਨੇ ਕੰਮ ਕੀਤਾ ਯਾਰ ਸ਼ਰਾਬ ਦਾ ਤਾਂ ਲੈਣ ਦੇਣੀ ਨਹੀਂ ਜੋ ਤੁਸੀਂ ਗੱਲ ਕਰਦੇ ਸ਼ਰਾਬ ਪੀ ਕੇ ਲੀਮ ਨੇ ਕੰਮ ਕੀਤਾ ਕੱਲ ਸਰ ਮੈਂ ਹੁਣ ਇਸ ਟਾਈਮ ਨਹੀਂ ਹਾਈ ਕਸਮ ਕਿਹਾ ਜੋ ਨੇ ਸ਼ਰਾਬ ਨਹੀਂ ਸੀ ਪੀਤੀ ਔਰ ਇਹਨੇ ਕੰਮ ਸ਼ਰਾਬ ਪੀ ਕੇ ਨਹੀਂ ਕੀਤਾ ਤੁਸੀਂ ਬਿਲਕੁਲ ਨਾਰਮਲ ਗੁਫ਼ਤਗੋ ਨਹੀਂ ਕਰਦੇ ਪਏ ਔਰ ਇਹ ਅਸੀਂ ਬਿਲਕੁਲ ਹੀ ਨਾਰਮਲ ਗੁਫ਼ਤਗੋ ਕਰਦੇ ਪਏ ਆ ਅਲੀਮ ਨੇ ਕਿ ਸ਼ਰਾਬ ਪੀਤੀ ਸੀ ਯਾਰ ਇਹ ਤਾਂ ਬੰਦੇ ਕੀ ਮੁੰਡੇ ਸਮਝ ਨਹੀਂ ਹੁੰਦੀ ਪਈ ਅਲੀਮ ਨੇ ਪੈਸੇ ਦਿੱਤੇ ਨੇ ਯਾਰ ਗਰੰਟਰ ਅਲੀਮ ਸੀ ਹਾਂਜੀ ਲੀਮ ਆਪੀ ਆਪਣੇ ਕੋਲੋਂ ਗਰੰਟਰ ਬੰਦਾ ਫਿਰ ਨਹੀਂ ਆਪਣੇ ਕੋਲ ਨਹੀਂ ਨਾ ਗਰੰਟਰ ਨਹੀਂ ਆਪਣੇ ਮੈਂ ਕਿ ਤੁਹਾਨੂੰ ਕਿਹਾ ਕਿ ਗਰੰਟਰ ਨੇ ਕੀਤਾ ਹੈ ਤੁਹਾਡੇ ਸਾਹਮਣੇ ਗਰੰਟਰ ਨੇ ਐਲਾਨ ਕੀਤਾ ਹੈ ਕਿ ਫਿਰ ਗਰੰਟਰ ਵਾੜ ਗਿਆ ਖੱਡੇ 'ਚ ਗਰੰਟਰ ਨੂੰ ਜਦੋਂ ਮੈਂ ਕਿਹਾ ਹੈ ਕਿ ਫੈਸਲਾ ਜਿੰਨੀ ਦੇਰ ਤੱਕ ਮੁਕੰਮਲ ਨਹੀਂ ਹੁੰਦਾ ਗੱਲ ਕਰਨ ਦਿਓ ਮੌਕਾ ਦਿਓ ਫੈਸਲਾ ਸਾ ਨਹੀਂ ਯਾਰ ਕਾਲੂ ਸਾਹਿਬ ਪੈਸੇ ਨਹੀਂ ਗੱਲ ਕਰਨੇ ਆ ਬੜੇ ਪਿਆਰ ਨਾਲ ਬਿਲਕੁਲ ਕੋਈ ਪਿਆਰ ਨਾਲ ਨਹੀਂ ਹੈ ਜਿਹੜਾ ਬੰਦਾ ਅਲੀਮ ਦਾ ਦਫਾ ਕਰੇਗਾ ਉਸ ਸ਼ਰਾਬੀ ਦਾ ਦਫਾ ਕਰੇਗਾ ਅਲੀਮ ਨੇ ਸ਼ਰਾਬ ਪੀ ਕੇ ਕੰਮ ਕੀਤਾ ਅਲੀਮ ਨੇ ਮੇਰੀ ਜਗ੍ਹਾ ਦੇ ਪੈਸੇ ਭਰੇ ਨੇ ਮੈਂ ਅਲੀਮ ਨੂੰ ਗੱਲ ਮੇਰੀ ਸੁਣੋ ਤੁਹਾਡਾ ਦਲਾਇਲ ਮਜ਼ਬੂਤ ਵੀ ਨਹੀਂ ਭਰੇ ਤੇ ਅਲੀਮ ਤੁਸੀਂ ਖਾਕ ਵਿੱਚ ਜਿੱਤ ਗਏ ਤਾਂ ਲੱਖ ਜਿਹੜਾ ਨੋਟ ਕਰ ਲੱਖ ਸਭ ਅਸੀਂ ਨਹੀਂ ਜਿੱਤਦੇ ਅਸੀਂ ਨਹੀਂ ਖਾਕ ਥੋੜੀ ਜੀ ਪਿੱਛੇ ਕਰੋ ਤੇ ਵੀਡੀਓ ਚਲਾ ਦੇ ਥੋੜੀ ਜੀ ਪਿੱਛੇ ਕਰਿਓ 15 ਮਿੰਟ ਹੁਣ ਤੇ ਲੈ ਯਾਰ ਕਲੂ ਉਹ ਦੂਜੇ ਪਾਸੇ ਜਿਹਨੇ ਲਏ ਨੇ ਉਹਨੂੰ ਵੀ ਰਾਤੀ ਨੀਂਦਰ ਨਹੀਂ ਆਉਣ ਲੱਗੀ ਜਿਹਨੇ ਫਰਾਡ ਲਾ ਕੇ ਲਏ ਨੇ ਲੇਕਿਨ ਬੁਨਿਆਦੀ ਤੌਰ ਉੱਤੇ ਤੁਸੀਂ ਜਿਹੜੀ اخلاق ਤੇ ਕਿਰਦਾਰ ਵਿੱਚ ਅਗਰ ਰੋਗੇ ਤੇ ਅਸਰ ਆਰੋ ਅਸਲ ਆਰੋਗੇ ਉਹ ਰੋਟੀ ਨਹੀਂ ਛੱਡਦੇ ਤੁਸੀਂ ਕਹਿੰਦੇ ਲੱਖ ਰੁਪਏ ਉਹਨੂੰ ਰਾਤੀ ਨੀਂਦਰ ਨਹੀਂ ਆਉਂਦੀ ਸੈਫੀ ਭਾਈ ਮੇਰੇ ਜੱਜ ਵੀ ਤੁਸੀਂ ਖੁਦ ਬਣਾਓ ਗਰੰਟਰ ਵੀ ਖੁਦ ਬਣਾਓ ਗਰੰਟਰ ਨੇ ਨਾ ਨਾ ਤਾਂ ਨਹੀਂ ਗਰੰਟਰ ਨਹੀਂ ਛੱਡਦਾ ਨਾ ਸੀ ਗਰੰਟਰ ਸਾਹਿਬ ਭਾਈ ਆਏ ਪੁੱਛੋ ਇਹਨਾਂ ਨੂੰ ਸੈਫੀ ਭਾਈ 1 ਮਿੰਟ ਸਿੱਧੂ ਭਾਈ ਅੱਜ ਲੀਮ ਨੇ ਸ਼ਰਾਬ ਪੀਤੀ ਸੀ ਕਿ ਨਹੀਂ ਅਲੀਮ ਨੇ ਸ਼ਰਾਬ ਪੀਤੀ ਸੀ ਕਿ ਨਹੀਂ ਨਾ ਕਰੋ ਅਲੀਮ ਨੇ ਕਿਸਨੇ ਪੀਏ ਕਿਸਨੇ ਨਹੀਂ ਪੀ ਆਪ ਨੂੰ ਨਹੀਂ ਪਤਾ ਕੌਣ ਪੀਤਾ ਹੈ ਸ਼ਰਾਬ ਲੇਕਿਨ ਅਲੀਮ ਭਾਈ ਆਪ ਨੂੰ ਨਹੀਂ ਪਤਾ ਸਿੱਧੂ ਭਾਈ ਕੌਣ ਪੀਤਾ ਹੈ ਪਹਿਲੇ ਦਿਨ ਸੇ ਇਸ ਬਾਤ ਪੇ ਹੂੰ ਕਿ ਯੇ ਇਲਮੀ ਬਹਿਸ ਥੀ ਔਰ ਇਲਮੀ ਬਹਿਸ ਥੀ ਜਬ ਵੋ ਖੁਦ ਆਜ ਕਹਿ ਰਹਾ ਥਾ ਕਿ ਆਪ ਰੀਵਿਊ ਮੇ ਜਾਏ ਆਪ ਪਹਿਲੇ ਵੀ ਰੀਵਿਊ ਮੇ ਗਏ ਹੈ ਵੋ ਫੈਸਲਾ ਨਹੀਂ ਹੁਆ ਆਪ ਦੁਬਾਰਾ ਰੀਵਿਊ ਮੇ ਜਾਏ ਆਪਨੇ ਪੈਸੇ ਕਿਉਂ ਲੀਏ ਰੀਵਿਊ ਪਾਗਲ ਪਤਾ ਹੈ ਯਾਰ ਕਿਉਂ ਦਈਏ ਹਾਂ ਆਪਨੇ ਮੇਰੇ ਪੁੱਛੇ ਬਗੈਰ ਮੁਝੇ ਕਿਸਨੇ ਦੇਣੇ ਹੈ ਜੋ ਮੇਰਾ ਕੇਸ ਹਾਰਾ ਜੀਤਾ ਹੁਆ ਥਾ ਉਸਕੇ ਪੈਸੇ ਕਿਸਨੇ ਦੇਣੇ ਹੈ ਮੁਝੇ ਆਪ ਉਸ ਸ਼ਰਾਬੀ ਕੀ ਬਾਤੋਂ ਮੈਂ ਆਕਰ ਉਸਕੋ ਪੈਸੇ ਦੇ ਰਹੇ ਹੈਂ यार एक साल भागा रहा है आमर आमर भाभी एक साल भागा रहा है ग्रंटर था वो उसका आमर साडे किने देने सीधी गल है सैफी भाई साडे किने देने ना ग्रंटर देने है वो अपनी जिम्मेदारी पर दे जब भाई साडे ग्रंटर ने दो हफ्ते नहीं कटे यार साडे ग्रंटर ने दो हफ्ते नहीं कटे यार लोगों को पैसे दे हम ਸਾਡੇ ਪੈਸੇ ਸਾਨੂੰ ਦਵੋ ਹਲੀਮ ਨੇ ਜੀ ਸ਼ਰਾਬ ਪੀ ਕੇ ਜੋ ਕੁਝ ਕੀਤਾ ਅਸੀਂ ਇਹਨੂੰ ਮਾਫੀ ਨਹੀਂ ਦਾਂਗੇ ਗਲੇ ਅਗਰ ਤੁਸੀਂ ਵੀ ਉਹਦੇ ਨਾਲ ਪੀਣੀ ਸ਼ੁਰੂ ਕਰ ਛੜੀ ਹੈ ਤੇ ਤੁਸੀਂ ਵੀ ਦੱਸ ਛੜੋ ਲੇਕਿਨ ਸਾਡੇ ਪੈਸੇ ਸਾਨੂੰ ਮਿਲਨੇ ਚਾਹੀਦੇ ਨੇ 24 ਘੰਟਿਆਂ ਦੇ ਅੰਦਰ ਸਾਡੇ ਨੂੰ ਲੱਖ ਰੁਪਿਆ ਚਾਹੀਦਾ ਹੈ ਤਿੱਲੇ ਦਾ ਸਾਨੂੰ 2 ਲੱਖ ਰੁਪਿਆ ਚਾਹੀਦਾ ਹੈ
ਅਗਰ ਸਾਨੂੰ ਸਾਡੇ ਪੈਸੇ ਨਾ ਮਿਲੇ ਸਿੱਧੂ ਬਾਈ ਇਹ ਤੁਸੀਂ ਦੇਣੇ ਨੇ, ਭਾਵੇਂ ਉਹ ਸ਼ਰਾਬੀ ਦੇ ਤੇ ਭਾਵੇਂ ਤੁਸੀਂ ਦਵੋ, ਜਿੰਨੇ ਵੀ ਦੇਣੇ ਨੇ ਸਾਡੇ ਪੈਸੇ ਦਵੋ, ਬਸ ਗੱਲ ਖਤਮ। ਹਾਂਜੀ ਸਾਨੂੰ ਸਾਡੇ ਪੈਸੇ ਚਾਹੀਦੇ ਨੇ, ਸਾਨੂੰ ਇਹਦੇ ਨਾਲ ਕੋਈ ਤਲਕ ਨਹੀਂ ਹੈ ਕਿ ਕੌਣ ਦਿੰਦਾ ਨਾ। ਅਸੀਂ ਅਲੀਮ ਨੂੰ ਆਪਣਾ ਗਰੰਟਰ ਬਣਾਇਆ ਸੀ ਔਰ ਜਿੰਨੀ ਦੇਰ ਤੱਕ ਫੈਸਲਾ ਮੁਕੰਮਲ ਨਹੀਂ ਹੁੰਦਾ ਅਲੀਮ ਨੂੰ ਤੁਸੀਂ ਕਿਉਂ ਪੈਸੇ ਦਿੱਤੇ ਮੇਰੇ ਗਰੰਟਰ ਜਾਂਦੇ ਹੋ ਦਿੱਤੇ ਨੇ ਜਾਂ ਉਹ ਅਲੀਮ ਸਾਹਿਬ ਨੂੰ ਤੁਸੀਂ ਆਖਿਆ ਸੀ ਕਿ ਸਾਡੇ ਵਾਸਤੇ? ਹਾਂਜੀ ਅਲੀਮ ਸਾਹਿਬ ਨੇ ਦਿੱਤੇ ਨੇ। ਉਹ ਯਾਰ ਸਿੱਧੂ ਸਾਹਿਬ ਇੱਕ ਕੋਲ ਨੇ ਤੁਹਾਡੇ ਬੇਟੇ ਕੋਲ ਤੋਂ ਗੱਲ ਦਿੱਤੇ ਨੇ ਸ਼ਰਾਬ ਪੀ ਕੇ। ਯਾਰ ਖੁਦਾ ਦਾ ਨਾਮ ਹੈ ਗਰੰਟਰ ਅਲੀਮ ਸਾਹਿਬ ਨੇ, ਅਲੀਮ ਨੇ ਸ਼ਰਾਬ ਪੀ ਕੇ ਪੈਸੇ ਦਿੱਤੇ ਨੇ ਮੌਲਵੀ ਸਾਹਿਬ, ਮੈਂ ਕਸਮ ਖਵਾਣੀ ਜੋ ਮੇਰੇ ਕੋਲ। ਯਾਰ ਕਾਲੂ ਸਾਹਿਬ ਥੋੜਾ ਜਿਹਾ ਨਾ ਆਉਂਦੇ ਨੇ ਬੰਦਾ ਠੰਡਾ ਹੋ ਜਾਏ ਨਾ ਤੇ ਫਿਰ ਚਲੋ ਅਲੀਮ ਨੂੰ ਕੋਈ ਵੀ ਆਦਿ ਕਸਮ ਖਾਈ ਕੋ ਨੇ ਲਾ ਜੀ ਅੱਗੇ ਵੀ ਆਏ 20-25 ਮਿੰਟ ਦੀ ਹੈ, ਮੈਂ ਫਿਰ ਸੈਂਡ ਕਰਨਾ ਦੁਬਾਰਾ। ਬਹੁਤ ਗਾਲ ਪਾਈ ਹੈ ਨੇ ਹਾਂ, ਮੈਂ ਦੂਸਰੀ ਵੀ ਟੋਰਨਾ ਹੈ ਅੰਦਾਜ਼ਾ ਕਰ ਲਓ ਇਹਨਾਂ ਬੰਦਿਆਂ ਦਾ, ਇਹਦਾ ਅੰਦਾਜ਼ਾ ਕਰ ਲਓ ਤੁਸੀਂ ਨਾਲ ਕੀ ਕਰ ਰਹੇ ਹੋ। ਤੇਰਾ ਬੰਦਾ ਤਾਂ ਕੋਈ ਤੇਰਾ ਗਰੰਟੀ ਦੇਣ ਨੂੰ ਤਿਆਰ ਨਹੀਂ ਹੈ, ਕਿਹੜਾ ਬੰਦਾ ਇਹਦੀ ਗਰੰਟੀ ਦਿੰਦਾ? ਮੈਂ ਇਹਨੂੰ 5-7 ਵਾਰੀ ਲਲਕਾਰਿਆ, ਮੈਂ ਗਰੰਟਰ ਲੈ ਕੇ ਆਪਣਾ, ਤੇਰੀ ਗਰੰਟੀ ਦਿੰਦੇ ਕੋਈ ਬੰਦਾ ਦਿੰਦਾ? ਤੂੰ ਮੇਰੇ ਨਾਲ ਪਿਆ ਗੱਲ ਕਰਦਾ ਇੱਥੇ ਤੇ ਸਿੱਧੂ ਸਾਹਿਬ ਨੇ, ਸਿੱਧੂ ਸਿਆਲਕੋਟੀ ਨੇ ਇਹਦੀ ਗਰੰਟੀ ਥੱਲੇ ਮੈਸੇਜ ਕੀਤਾ ਇਹਦੀ, ਕੋਈ ਬੰਦਾ ਤਿਆਰ ਕੋਈ ਨਹੀਂ ਸੀ ਇਹਦੀ। ਮੈਂ ਅਲੀਮ ਨੂੰ ਕਿਹਾ, ਮੈਂ ਕਿਹਾ ਅਲੀਮ ਸਾਹਿਬ ਤੁਸੀਂ ਦਿਓ ਗਰੰਟੀ, ਕਹਿੰਦਾ ਮੈਂ ਨਹੀਂ ਦਿੰਦਾ। ਮੈਂ ਤਾਰਕ ਚੌਹਾਨ ਸਾਹਿਬ ਦਾ ਨਾਂ ਲਿਆ, ਮੈਂ ਕਿਹਾ ਉਹ ਦੇ ਦੇਣ ਗਰੰਟੀ, ਨਹੀਂ ਗਰੰਟੀ ਆਈ। ਮੈਂ ਉਹਨੂੰ ਕਿਹਾ ਸ਼ਾਹਦ ਨੂੰ ਕਿ ਸ਼ਾਹ ਸਾਹਿਬ ਤੁਸੀਂ ਦੇ ਦਿਓ ਗਰੰਟੀ, ਉਹ ਸਾਰਿਆਂ ਤਲਤ ਮਲਕ ਦਾ ਨਾਂ ਲਿਆ, ਮੈਂ ਕਿਹਾ ਉਹ ਦੇ ਦੇਣ ਗਰੰਟੀ। ਕੋਈ ਬੰਦਾ ਗਰੰਟੀ ਦੇਣ ਵਾਸਤੇ ਤਿਆਰ ਨਹੀਂ ਸੀ ਤੇ ਸਿੱਧੂ ਸਿਆਲਕੋਟੀ ਨੇ ਇਹਦੀ ਗਰੰਟੀ ਦਿੱਤੀ, ਇਹਨੂੰ ਹਜ਼ਾਰ ਨਹੀਂ ਆ ਰਿਹਾ ਇਸ ਬੰਦੇ ਨੂੰ ਵੀ। ਜਦੋਂ ਮੇਰੇ ਕੋਈ ਪਿੱਛੇ ਨਹੀਂ ਸੀ ਖੜਦਾ, ਕੋਈ ਗਰੰਟੀ ਨਹੀਂ ਦਿੰਦਾ, ਉਸ ਬੰਦੇ ਨੇ ਮੇਰੀ ਨੱਕ ਵਢਾਉਣ ਤੋਂ ਬਚਾਈ ਆ ਤੇ ਗਰੰਟੀ ਮੇਰੀ ਦਿੱਤੀ ਆ, ਹੁਣ ਉਹਨੂੰ ਮੈਂ ਲੱਗਾ ਗਾਲਾਂ ਕੱਢਣ? ਇਹ ਗਾਂ ਤੋਂ ਕੌਣ ਇਹਦੀ ਗਰੰਟੀ ਦੇਗਾ? ਅਜੀਬ ਥੱਲੇ ਵੀ ਜਾਵੇ, ਥੱਲੇ ਥੱਲੇ ਵੀ ਕੋਈ ਬੰਦਾ ਇਹਦੀ ਗਰੰਟੀ ਚੁੱਕ ਨਹੀਂ ਸੀ ਚੁੱਕ ਰਿਹਾ ਥੱਲੇ ਵੀ। ਸਿੱਧੂ ਸਾਹਿਬ ਦੀ ਗਰੰਟੀ ਨਹੀਂ ਚਾਹੀਦੀ, ਅਮਨ ਅਜ਼ੀਰ ਭਾਈ ਕਹਿ ਰਹੇ ਸੀ ਸਿੱਧੂ ਦੀ ਗਰੰਟੀ ਕੌਣ ਦੇਗਾ, ਤੇ ਅਸੀਂ ਕਹਿੰਦੇ ਨਹੀਂ ਚਾਹੀਦੀ ਸਾਨੂੰ, ਇਹ ਬੰਦੇ ਦੱਸੇ ਨੇ ਇਹਨਾਂ ਚੋਂ ਕਿਸੇ ਦੀ ਗਰੰਟੀ ਦੇ ਦੇਵੇ। ਲੇਕਿਨ ਫਿਰ ਵੀ ਚਲੋ ਸਿੱਧੂ ਨੇ ਇਹਦੀ ਲਈ ਗਰੰਟੀ ਆ ਕੇ ਉੱਤੇ ਆ ਗਿਆ, ਉਹਨੇ ਕਿਹਾ ਗਰੰਟੀ ਅਲੀਮ ਭਾਈ ਨੇ ਫਿਰ ਦਿੱਤੀ, ਅਲੀਮ ਨੇ ਦਿੱਤੀ ਸੀ ਤਾਰਕ ਚੌਹਾਨ ਸਾਹਿਬ ਨਾਲ ਕੀਤਾ। ਹੋ ਸਕਦਾ ਕੱਲ ਨੂੰ ਮੇਰੇ ਨਾਲ ਵੀ ਇੰਝ ਹੀ ਕਰੇ, ਫਿਰ ਵੀ ਉਹਨੇ ਪੈਸੇ ਦੇ ਦਿੱਤੇ। ਲੇਕਿਨ ਇਹ ਹੁਣ ਗਾਲਾਂ ਕੱਢਣ ਡਿਆ, ਇਹਨਾਂ ਬੰਦੇ ਤੇ ਇਨਸਾਨੀ ਤੇ ਮਰ ਗਈ। ਜਾ ਭਾਈ ਇਹਨੇ ਅੱਗੇ ਮੈਂ ਵੀਡੀਓ ਵਾਰੀ ਵਾਰੀ ਸੈਂਡ ਕਰਨਾ ਆ, ਉਸ ਵੇਲੇ ਕਾਫੀ ਕਾਲਾਂ ਆ ਰਹੀਆਂ ਸੀ, ਵਿੱਚ ਕਾਲਾਂ ਨੇ ਕੋਨੈਕਟ ਨੰਬਰ ਨੇ, ਤੇ ਉਹ ਇਹ ਕਹਿ ਰਿਹਾ ਸੀ ਅਸੀਂ ਤੁਹਾਨੂੰ ਸੁਪਰ ਟੰਗਾਂਗੇ ਦੋਵਾਂ ਨੂੰ, ਤੇ ਤੁਹਾਡੇ ਕਾਰ ਦੀਆਂ ਵੀਡੀਓ ਤੇ ਪ੍ਰਾਈਵੇਟ ਵੀਡੀਓ ਤੇ ਤੁਹਾਡੀਆਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਵੀਡੀਓ ਲਵਾਵਾਂਗੇ, ਲੋਕਾਂ ਨੂੰ ਦੱਸਾਂਗੇ। ਚਲੋ ਇਹ ਆਪਣੇ ਆਪ ਨੂੰ ਖੁਦ ਹੀ ਗੰਦਿਆਂ ਕਰ ਰਹੇ ਨੇ। ਥੋੜਾ ਜਿਹਾ ਸਮਝਦਾਰ ਬੰਦਾ ਅਲੀਮ, ਉਹਦੇ ਤੇ ਸ਼ਰਾਬ ਦੇ ਲਾ ਰਿਹਾ। ਅਸਲਾਮ ਅਲੈਕੁਮ ਮੁਜਾਦੋ, ਕੀ ਹਾਲ ਹੈ? ਠੀਕ ਹੋ? ਵਾਲੇਕੁਮ ਅਸਲਾਮ, ਠੀਕ ਠਾਕ। ਹੁਣ ਜਿਹੜਾ ਵੀ ਜਾ ਕੇ ਪੁੱਛਦਾ ਕਿ ਤੁਹਾਨੂੰ ਕਿਸ ਤਰ੍ਹਾਂ ਲੱਭੇ ਨੇ, ਮੈਂ ਕਿਹਾ ਤਿੰਨ ਹਿੱਸੇ ਦੀ ਵੀਡੀਓ, ਤਿੰਨ ਹਿੱਸਿਆਂ ਦੇ ਵਿੱਚ ਵੀਡੀਓ ਹੈ। ਜੇ ਤੁਹਾਡੇ ਕੋਲ ਕਲੀਅਰ ਵੀਡੀਓ ਤੇ ਸੈਂਡ ਕਰ ਦਿਓ।
ਮੈਂ ਭਾਈ ਅਮਰ ਨੂੰ ਵੀਡੀਓ ਸੈਂਡ ਕੀਤੀਆਂ ਨੇ ਤਰੇ ਵੇ ਉਹ 29 ਮਿੰਟ ਦੀ ਸੀ ਉਹ ਕੱਟ ਕੱਟ ਕੇ ਮੈਂ ਤਰੇ ਸਟੈਪ ਬਣਾਏ ਨੇ ਉਹਦੇ ਤੇ ਮੈਂ ਕੀਤੀਆਂ ਸੀ ਭਾਈ ਅਮਰ ਨੂੰ ਸੈਂਡ ਚਲੋ ਅਮਰ ਭਾਈ ਸੈਂਡ ਕਰ ਦਿੰਦੇ ਨੇ ਚਲੋ ਅੱਜ ਦੀ ਦਿਹਾੜੀ ਝੱਟ ਨੂੰ ਸੈਲੀਬ੍ਰੇਟ ਕਰ ਲਵੋ ਤੇ ਇਹਨਾਂ ਨੂੰ ਰੋਣ ਪਿੱਟਣ ਦਿਓ ਕੱਲ ਉਹਨੂੰ ਚੀਕਾਂ ਮਾਰਨ ਦਿਓ ਤੇ ਲਤੀਫ ਮੀਰ ਸਾਹਿਬ ਦੇ ਪਿੱਛੇ ਹੋਵੋ ਨਹੀਂ ਉਹਨੇ ਚੀਕਾਂ ਮਾਰੀਆਂ ਤੇ ਉਹਨੇ ਲੈ ਲੈਣ ਪੈਸੇ ਲੱਖ ਰੁਪਈਆ ਉਹਨਾਂ ਕੋਲ ਮੀਰ ਸਾਹਿਬ ਵਾਲਾ ਕੇਸ ਵੀ ਖਤਮ ਹੈ ਹੁਣ ਇੰਜੀ ਬਸ ਉਹ ਕਹਿੰਦੇ ਸਾਡੀ ਲਾਸ਼ ਨੂੰ ਘਸੀਟੋ ਬੰਦਿਆਂ ਨੇ ਫੈਸਲਾ ਦੇ ਛੱਡੇ ਆ ਸੁਬਹਾ 2-2.5 ਘੰਟੇ ਉਪਰਾੜ ਹੁੰਦੀ ਰਹੀ ਉਹਦੇ ਉੱਤੇ ਉਹ ਸਾਫ਼ ਉਹਨਾਂ ਕਿਹਾ ਉਹਨੇ ਕਿਹਾ ਜੀ ਕੋਈ ਸ਼ਾਇਦ ਨਹੀਂ ਇਹਨਾਂ ਦੇ ਕੋਲ ਹੈ ਮੀਰ ਸਾਹਿਬ ਕੋਈ ਦਾਵਾ ਉਹਨਾਂ ਦਾ ਸੱਚਾ ਨਹੀਂ ਹੈਗਾ ਇਹਨਾਂ ਦੇ ਆਪਣੇ ਬੰਦੇ ਕਹਿ ਰਹੇ ਨੇ ਪਿੱਛੇ ਕਿਹੜੀ ਗੱਲ ਰਹਿ ਗਈ ਹੁਣ ਜੀ ਮਰਜ਼ਾਈ ਨੇ ਤੇ ਬੇਸ਼ਰਮ ਨੇ ਸ਼ਰਮ ਹੋਵੇ ਤੇ ਮਰਜ਼ਾਈ ਨਾ ਹੋਵੇ ਇੱਕ ਗੱਲ ਹੈ ਵਾ ਸਿੱਧੂ ਜਣਾ ਨਿਕਲਿਆ ਇਹਨਾਂ ਚੋਂ ਜ਼ਬਾਨ ਵਾਲਾ ਹਾਂ ਨਹੀਂ ਜ਼ਬਾਨ ਆਪਣੀ ਤੇ ਖਲੋਤਾ ਜਵਾਨ ਦੇਖੋ ਜੀ ਚੰਗੇ ਬੰਦੇ ਵੀ ਹੁੰਦੇ ਨੇ ਚਲੋ ਇਸਲਾਮ ਆਪਣੀ ਜਗ੍ਹਾ ਸਾਡਾ ਉਹਨਾਂ ਨਾਲ ਚੰਗੇ ਬੰਦੇ ਵੀ ਹੁੰਦੇ ਨੇ ਤੇ ਉਹਨਾਂ ਜਿਹੜੀ ਸੱਚੀ ਗੱਲ ਸੀ ਕੀਤੀ ਹੈ ਤਲਤ ਮਲਕ ਹੋ ਗਿਆ ਜਾਂ ਹੋਰ ਅਲੀਮ ਹੋ ਗਿਆ ਜਾਂ ਹੋਰ ਜਿਹੜੇ ਬੰਦੇ ਆਏ ਪਹਿਲਾਂ ਉਹਨੇ ਸਾਨੀ ਦੀ ਬਰਾੜ ਤੇ ਐਲਾਨ ਕੀਤਾ ਕਿ ਮੈਂ ਪੈਸੇ ਦੇ ਰਿਹਾ ਵਾਂ ਪੈਸੇ ਮੈਂ ਸੈਂਡ ਕਰ ਦਿੱਤੇ ਨੇ ਫਿਰ ਕਾਲੂ ਜਿਹੜਾ ਨਾ ਤਾਂ ਫਿਰ ਉੱਥੇ ਇਹਨੇ ਰੌਲਾ ਪਾਇਆ ਉਹ ਤੇ ਹੋਰ ਉਹਦੇ ਕੋਲ ਰਸੀਦ ਜੀ ਬਣਾ ਕੇ ਲਾਈ ਹੈ ਉਹਨੇ ਕਿਹਾ ਜੀ ਮੈਨੂੰ ਵੀ ਲੱਖ ਆ ਗਿਆ ਮੁਬਾਰਕਾਂ 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 ਕੋਈ ਉਧਰ ਪੜੋਸੀ ਮਾਰ ਕੇ ਆ ਰਿਹਾ ਮੁਬਾਰਕਾਂ ਯਾਰ ਸਭ ਕੇ ਦੋਰੇ ਹੁੰਦੇ ਆ ਪੇ ਮੈਂ ਉੱਥੇ ਰਾਤੀ ਥੱਲੇ ਹੀ ਬੈਠਿਆ ਸੀ ਚੱਲਿਓ ਐਲਾਨ ਕੀਤਾ ਉਹਨਾਂ ਜਵਾਨ ਨੇ ਤੇ ਫਿਰ ਮੈਂ ਚਲੋ ਰਿਕਾਰਡਿੰਗ ਲਾਉਂਦੇ ਹਾਂ ਵੇਖਦੇ ਹਾਂ ਕੀ ਕਰਦੇ ਨੇ ਫਿਰ ਉਹ ਕਾਲੂ ਪਿੱਟਣ ਲੱਗ ਪਿਆ ਉਹਨੇ ਨਾ ਲੀਮ ਨੂੰ ਛੱਡਿਆ ਨਾ ਗਰੰਟਰ ਨੂੰ ਛੱਡਿਆ ਨਾ ਜੱਜ ਨੂੰ ਛੱਡਿਆ ਉਹ ਤੇ ਉਹਦੀ ਦਸਤੀ ਉਹਦੀ ਤਰਬੀਅਤ ਕਿਹੋ ਜੀ ਹੈ ਕਿ ਇੰਤਹਾਈ ਬਤਮੀਜ਼ ਉਹ ਟਾਈਪ ਦਾ ਬੰਦਾ ਹੈ ਜੀ ਕਾਲੂ ਜਿਹੜਾ ਉਹ ਫਿਰ ਮੈਂ ਰਿਕਾਰਡਿੰਗ ਵੀ ਕੀਤੀ ਸੀ ਤੇ ਉਹ ਰਿਕਾਰਡਿੰਗ ਵਾ ਵਾ 5 ਮਿੰਟ ਦੀ ਸੀ ਫਿਰ ਉਹ 5 ਮਿੰਟ ਦੀ ਜਾਂਦੀ ਨਹੀਂ ਆ ਕਿਸੇ ਪਾਸੇ ਵਟਸਐਪ ਫਿਰ ਮੈਂ ਉਹਨੂੰ ਤਰਿਆਸਿਆ 'ਚ ਕੱਟਿਆ ਤੇ ਤਾਂ ਜਾਗ ਗਈ ਇਹ ਕਾਲੂ ਜਿਹੜਾ ਨਾ ਬੜਾ ਖਬੀਸ ਆਦਮੀ ਹੈ ਇਹਨੇ ਹੀ ਉਹ ਰਾਜਪਾਲ ਦੀ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਉਹ ਮੀਰ ਸਲੀਮ ਨਾਲ ਰਲ ਕੇ ਇਹ ਬਹੁਤ ਹਰਾਮੀ ਹੈ ਬਹੁਤ ਸ਼ਾਤਰ ਆਦਮੀ ਹੈ ਅੱਛਾ ਕਾਲੂ ਨੇ ਰਾਜਪਾਲ ਦੀ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਨਾਲ ਹੀ ਸੀ ਨਾ ਉਹਦੇ ਨਾਲ ਹੀ ਸੀ ਉਹ ਹੀ ਮਾਰ ਰਹੀ ਸੀ ਉਹ ਹੀ ਸਜ਼ਾ ਇਹਨੂੰ ਮਿਲੀ ਹੈ ਰਾਤ ਨੂੰ ਉਹ ਵੀ ਹੋ ਗਿਆ ਸਹੀ ਡਾਕਟਰ ਸਾਹਿਬ ਨਾਲ ਜਿਹੜੀ ਇਹਦੀ ਗੁਫ਼ਤਗੂ ਹੋਈ ਸੀ ਉਹ ਵੀ ਸਾਨੀ ਦੀ ਬਰਾੜ ਤੇ ਉਹਨੇ ਚਲਾਈ ਸੀ ਵੀਡੀਓ ਰਿਕਾਰਡਿੰਗ ਕੀਤੀ ਸੀ ਉਹਨੇ ਔਰ ਜਿਹੜਾ ਉਰਦੂ ਦਾ ਲਫ਼ਜ਼ ਦਿਖਾਉਂਦਾ ਸੀ ਜਿਹੜਾ ਪੀੜਾ ਇਹਨਾਂ ਨੇ ਆਖਿਆ ਅਰਬੀ ਦਾ ਦੱਸ ਇਹਦੀ ਕਹਿੰਦਾ ਅਰਬੀ ਦੀ ਮੇਰੀ ਗੱਲ ਨਹੀਂ ਹੈ ਮੇਰੀ ਉਰਦੂ ਦੀ ਗੱਲ ਹੈ ਉਹ ਸੈਨੀ ਨੂੰ ਸਾਰੀ ਸੁਣਾਈ ਸੀ ਰਾਤੀ
ਮਹਾਰਾਜ ਜੀ ਡਾਕਟਰ ਸਾਹਿਬ ਦੀ ਬੜੀ ਹਿੰਮਤ ਹੈ, ਚੰਗਾ ਜਿਹੜਾ ਛਾਤਰ ਹੈ ਉਹਨੂੰ ਉਟਾਇਆ ਨੇ। ਅਬਦੁੱਲਾ ਆਪਣਾ ਨੰਬਰ ਸੈਂਡ ਕਰ, ਹਾਂ ਤੈਨੂੰ ਮੈਂ ਭੇਜਾਂ ਜੇ ਤੈਨੂੰ ਚਾਹੀਦੀ ਹੈ, ਜੇ ਤੂੰ ਚਲਾਉਣੀ ਹੋਵੇ। ਚਲੋ ਥੋੜ੍ਹੀ ਦੇਰ ਸੁਣੀਏ। ਇੱਥੇ ਕੀ ਹੋ ਗਿਆ, ਖਮੋਸ਼ੀਆਂ ਕਿਉਂ ਛਾ ਗਈਆਂ ਨੇ? ਉਹ ਕੀ ਹੋ ਗਿਆ ਤੁਹਾਨੂੰ ਮੌਲਵੀਓ? ਹਾਂ ਬਿਲਾਲ ਭਾਈ, ਇਹ ਮੈਂ ਲਿਸਟ ਇੱਕ ਬਣਾਈ ਹੈ, ਇੱਕ ਬੰਦਾ ਮਿਸਿੰਗ ਹੈ, ਪਤਾ ਨਹੀਂ ਮੇਰੇ ਜ਼ਿਹਨ 'ਚ ਹੋ ਸਕਦਾ ਇਸ ਵੇਲੇ ਨਾ ਆ ਰਿਹਾ ਹੋਵੇ, ਲੇਕਿਨ ਚਲੋ ਇਹ 14 ਬੰਦਿਆਂ ਦੀ ਲਿਸਟ ਹੈ। ਅਗਰ ਇਹ 14-15 ਬੰਦੇ ਨੇ ਜਿਹੜੇ, ਮੇਰੀ ਆਵਾਜ਼ ਆ ਰਹੀ? ਕੋਈ ਨਹੀਂ, ਆ ਰਹੀ ਕਿ ਨਹੀਂ ਆ ਰਹੀ ਆਵਾਜ਼?
ਅਮਰ ਭਾਈ ਆਵਾਜ਼ ਆ ਰਹੀ ਹੈ ਤੁਹਾਡੀ ਬਿਲਕੁਲ ਸਾਫ਼ ਔਰ ਕਲੀਅਰ? ਹਾਂਜੀ, ਮੈਂ ਕਹਿ ਰਿਹਾ ਕਿ ਕੋਈ ਵੀ ਬੰਦਾ ਉਹਨਾਂ 'ਚ ਗੱਲ ਕਰੇ ਤਾਂ ਇਹਨਾਂ ਬੰਦਿਆਂ ਨੇ ਹੀ ਕਿਹਾ ਹੈ, ਨਿਓ ਸਾਹਿਬ ਨੇ ਕਿਹਾ ਹੈ ਕਿ ਇਹ ਮਸਲਾ ਹੁਣ ਡਿਬੇਟੇਬਲ ਨਹੀਂ ਹੈ, ਤੁਸੀਂ ਸਾਡੇ ਅੱਗੇ ਆਪਣਾ ਮੁਕੱਦਮਾ ਜਾਂ ਆਪਣਾ ਜਿਹੜਾ ਮੌਕਫ ਹੈ ਉਹ ਸਾਡੇ ਸਾਹਮਣੇ ਪੇਸ਼ ਕਰੋ ਜਿਸ ਤਰ੍ਹਾਂ ਅਮਰ ਨੇ ਪੇਸ਼ ਕੀਤਾ ਹੈ, ਅਤੇ ਜੇ ਡਿਬੇਟੇਬਲ ਹੋਇਆ, ਕੋਈ ਕਨਫਿਊਜ਼ਿੰਗ ਮਾਮਲਾ ਹੋਇਆ ਤਾਂ ਅਸੀਂ ਤੁਹਾਨੂੰ ਕਹਾਂਗੇ ਡਿਬੇਟ ਕਰ ਲਓ, ਵਰਨਾ ਅਮਰ ਨੇ ਤਾਂ ਗੱਲ ਸਾਬਤ ਕਰ ਦਿੱਤੀ। ਲਿਹਾਜ਼ਾ ਇਹ ਫੈਸਲਾ ਆਵਾਮ ਨੇ ਮੇਰੇ ਹੱਕ 'ਚ ਦੇ ਦਿੱਤਾ ਹੈ, ਹੁਣ ਮੀਰ ਸਾਹਿਬ ਨੂੰ ਕਹਿ ਦਿਓ ਅਤੇ ਮੀਰ ਸਾਹਿਬ ਇਹਨਾਂ ਬੰਦਿਆਂ ਨੂੰ ਜਾ ਕੇ ਕੋਈ ਸਬੂਤ ਪੇਸ਼ ਕਰੋ ਜਿਹੜਾ ਤੁਹਾਡੇ ਕੋਲ ਹੈ। ਮੈਨੂੰ ਤੁਸੀਂ ਬੁਲਾਈ ਜਾਂਦੇ ਹੋ, ਤੂੰ ਆ ਤੂੰ ਆ ਅਤੇ ਆ ਕਿੱਥੇ ਨਾਸਰ ਬੱਟ ਦੇ ਘਰ ਆ, ਤਾਂ ਮੈਂ ਕੀ ਕਰਨਾ ਉੱਥੇ ਆ ਕੇ, 53 ਸਾਲ ਦੇ ਬੁੱਢੇ ਬੰਦੇ ਨੇ। ਲਿਹਾਜ਼ਾ ਉਹਨਾਂ ਨੂੰ ਕਹੋ ਕਿ ਤੁਸੀਂ ਇਹਨਾਂ ਬੰਦਿਆਂ ਨੂੰ ਸਬੂਤ ਦੇਣਾ, ਇਹ ਜਿਹੜੇ ਜੱਜ ਨੇ ਇਹ ਆਵਾਮ ਦੀ ਅਦਾਲਤ, ਕਿਉਂਕਿ ਤੁਸਾਂ ਜੱਜ ਤਾਂ ਚੁਣਿਆ ਕੋਈ ਨਹੀਂ, ਤੁਸਾਂ ਕਿਹਾ ਮੈਨੂੰ ਮੁਨਸਿਫ ਦੁਨੀਆਂ ਦਾ ਕੋਈ ਕਬੂਲ ਨਹੀਂ, ਅਗਰ ਹੋਰ ਕੋਈ ਮੁਨਸਿਫ ਕਬੂਲ ਨਹੀਂ ਤਾਂ ਇਹ ਤਾਂ ਕਬੂਲ ਹੋਣੇ ਚਾਹੀਦੇ ਨੇ, ਜਿਹੜੀ ਆਵਾਮ ਹੈ ਇਹਨਾਂ ਦਾ ਤਾਂ ਮੇਰੇ ਨਾਲ ਕੋਈ ਲੈਣ ਦੇਣ ਨਹੀਂ ਹੈ। ਅਗਰ ਇਹ ਸਾਰੇ ਬੰਦੇ ਵੀ ਕਹਿੰਦੇ ਨੇ ਅਤੇ ਮੀਰ ਸਾਹਿਬ ਨੇ ਝੂਠ ਬੋਲਿਆ ਹੈ ਅਤੇ ਇਹਨਾਂ ਨੂੰ ਕੋਈ ਜ਼ਾਤੀ ਮਫਾਦ ਇਹਦੇ ਨਾਲ ਵਿਵਸਥਾ ਕੋਈ ਨਹੀਂ ਹੈ, ਉਹ ਗੈਰ ਜਾਨਬਦਾਰ ਲੋਕ, ਇਹਨਾਂ ਨੂੰ ਤੁਸੀਂ ਐਸਾ ਕੋਈ ਸਬੂਤ ਪੇਸ਼ ਕਰੋ ਜਿਹਦੇ ਤੋਂ ਤੁਹਾਡੇ ਦਾਅਵੇ ਦੀ ਕੋਈ ਦਲੀਲ ਮਿਲਦੀ ਹੋਵੇ। ਅਗਰ ਇਹ ਕਹਣਗੇ ਕਿ ਹਾਂ ਹਾਂ ਮੀਰ ਸਾਹਿਬ ਕੋਲ ਵੀ ਕੋਈ ਗੱਲ ਹੈ ਤਾਂ ਫਿਰ ਡਿਬੇਟ ਹੋ ਜਾਏਗੀ, ਅਤੇ ਵਰਨਾ ਗੱਲ ਤਾਂ ਫੈਸਲਾ ਹੋ ਗਿਆ। ਇਹਨਾਂ ਬੰਦਿਆਂ ਨੂੰ ਉਹ ਵਨ ਬਾਈ ਵਨ ਅਪਰੋਚ ਕਰਨਗੇ ਔਰ ਕਰ ਰਹੇ ਨੇ, ਮੇਰਾ ਖਿਆਲ ਹੈ ਰਾਤੀ ਉਮੈਰ ਰਾਣਾ ਸਾਹਿਬ ਦੇ ਖੱਤੇ ਪਏ ਸੀ ਸਾਰੇ, ਅਤੇ ਉਹਨਾਂ ਨੂੰ ਕਹਿੰਦੇ ਪਏ ਸੀ ਤੁਸੀਂ ਉੱਥੇ ਕਿਉਂ ਇਹ ਬਿਆਨ ਦਿੱਤਾ ਵਗੈਰਾ ਵਗੈਰਾ, ਅਤੇ ਬਹਰਹਾਲ ਇਹਨਾਂ ਸਾਰਿਆਂ ਬੰਦਿਆਂ ਨੇ ਸਾਡੇ ਹੱਕ 'ਚ ਆਪਣਾ ਵੋਟ ਕਾਸਟ ਕੀਤਾ ਹੈ ਅਤੇ ਬਿਲਕੁਲ ਤੁਹਾਡਾ ਮੌਕਫ ਦਰੁਸਤ ਹੈ, ਮੀਰ ਸਾਹਿਬ ਨੇ ਇੱਕ ਝੂਠਾ ਇਲਜ਼ਾਮ ਲਗਾਇਆ। ਇਹਨਾਂ ਬੰਦਿਆਂ ਨੂੰ ਹੁਣ ਮੀਰ ਸਾਹਿਬ ਗੱਲ ਕਰਨ, ਇਹਨਾਂ ਨਾਲ ਸਾਡੇ ਨਾਲ ਨਾ ਕਰਨ, ਸਾਡੀ ਜ਼ਰੂਰਤ ਹੀ ਨਹੀਂ ਰਹੀ ਹੈ, ਅਸੀਂ ਮੁਕੱਦਮਾ ਜਿੱਤ ਗਏ ਹਾਂ। ਸਾਡੇ ਵਾਸਤੇ ਸਿਰਫ ਔਰ ਸਿਰਫ ਦੋ ਚੀਜ਼ਾਂ ਦੀ ਅਹਿਮੀਅਤ, ਜਾਂ ਮਾਫ਼ੀ ਮੰਗਣ ਜਾਂ 600 ਦਾ ਡੰਡ ਦੇਣ ਜਿਹੜਾ ਉਹਨਾਂ ਨੇ ਆਖਿਆ ਅਸੀਂ ਦੇਵਾਂਗੇ, ਬਸ ਤੀਜੀ ਕੋਈ ਆਪਸ਼ਨ ਨਹੀਂ। ਤੀਸਰੀ ਆਪਸ਼ਨ ਇਹ ਹੀ ਹੈ ਕਿ ਬੰਦੇ ਆ ਕੇ ਕਹਿ ਦੇਣ ਕਿ ਵੀ ਤੂੰ ਡਿਬੇਟ ਕਰ ਦੇ, ਮੈਂ ਡਿਬੇਟ ਕਰ ਲਾਂਗਾ, ਖਤਮ ਕਹਾਣੀ ਹੋ ਗਈ। ਕਰਨਾ ਅਸੀਂ ਮੁਤਾਲਬਾ ਕਰਾਂਗੇ ਔਰ ਟਕਾ ਕੇ ਕਰਾਂਗੇ ਇਨਸ਼ਾਅੱਲਾ। ਇਹ ਜਿਸ ਤਰ੍ਹਾਂ ਹੁਣ ਹੋਇਆ ਨਾ, ਅਤੇ ਐਕਸਟਰਾ ਜਿਹੜਾ ਉਹਨਾਂ ਨੇ ਆਪਣਾ ਮਾਲ ਇਕੱਠਾ ਕੀਤਾ ਹੈ ਪੈਸਿਆਂ ਦੀ ਅਦਾਇਗੀ ਤੋਂ ਪਹਿਲਾਂ, ਜਿਹੜਾ ਉਹਨਾਂ ਨੇ ਮਾਲ ਇਕੱਠਾ ਕੀਤਾ ਮਰਜ਼ਾਈਆਂ ਨੇ, ਇਸੇ ਤਰ੍ਹਾਂ ਮਾਲ ਇਕੱਠਾ ਕਰਨ, ਅਸੀਂ ਸੁਬਹਾ ਸ਼ਾਮ ਦੋ ਟਾਈਮ ਫਰੈਸ਼ ਉਹ ਦੈਤਰ ਸੀਵੋ ਨੂੰ ਕਹਿੰਦੇ ਨੇ ਇੱਥੇ ਇਟਾਲੀਅਨ 'ਚ ਡਿਟਰਜੈਂਟ ਜਿਹਨੂੰ ਕਹਿੰਦੇ ਤੁਸੀਂ ਇੰਗਲਿਸ਼ ਵਿੱਚ, ਫਰੈਸ਼ ਡਿਟਰਜੈਂਟ ਨਾਲ ਸੁਬਹਾ ਵੀ ਇਨਸ਼ਾਅੱਲਾ ਕੁੱਤੀ ਨਹਾਉਂਗੇ, ਸ਼ਾਮ ਨੂੰ ਵੀ ਨਹਾਉਂਗੇ ਮਰਜ਼ਾਈਆਂ ਦੀ ਕੁੱਤੀ, ਦੋ ਟਾਈਮ ਨਹਾਉਂਗੇ ਅਤੇ ਖੁਰਕ ਦੀ ਖਾਰਸ਼ ਦੀ ਮੱਠੀ ਹੋ ਜਾਏਗੀ ਇਨਸ਼ਾਅੱਲਾ। ਇਸ ਕੁੱਤੀ ਦੀ ਐਸੀ ਤਾਂ ਰਹਿੰਦੀ ਇਹਨੇ ਤਮਾਸ਼ਾ ਬਣਾ ਲਿਆ ਬੰਦੇ ਨੇ ਇਹਨਾਂ ਨੂੰ ਤੁਸੀਂ ਬਿਸਮਿਲ੍ਲਾ ਪਾੜ ਕੇ ਇਹਨਾਂ ਨੂੰ ਮਿਲੋ ਤੇ ਇਹਨਾਂ ਨੂੰ ਕਾਇਲ ਕਰੋ, ਜੇ ਇਹ ਕਾਇਲ ਹੋ ਗਏ ਤਾਂ ਅਮਰ ਵੀ ਕਾਇਲ ਹੋ ਜਾਏਗਾ, ਅਮਰ ਨੂੰ ਫਿਰ ਮਨਾ ਲਾਂਗੇ ਵੀ ਆ ਜਾ ਬਹਿਸ ਸ਼ਹਿਸ ਕਰ ਰਹੇ ਨੇ। ਜਦੋਂ ਇਹ ਬੰਦੇ ਸਾਰੇ ਜਿਹੜੇ ਨੇ ਇਹਨਾਂ 'ਚੋਂ ਕਿਹੜਾ ਬੰਦਾ ਜਿਹੜਾ ਮੇਰਾ ਹਮ ਅਕੀਦਾ, ਇੱਕ ਬੰਦਾ ਦੱਸ ਦਿਓ। ਲੇਕਿਨ ਸਭ ਕਹਿੰਦੇ ਨੇ ਕਿ ਮੇਰਾ ਮੌਕਾ। ਅਸਲਾਮ ਅਲੈਕੁਮ ਅਹਿਮਦ ਭਾਈ। ਵਾਲੇਕੁਮ ਸਲਾਮ ਜੀ। ਇਹ ਲਗਾ ਦੀ ਆਪਣੀ ਲਿਸਟ, ਠੀਕ ਤੁਹਾਨੂੰ ਨਜ਼ਰ ਆਉਂਦੀ ਵੀ ਸਕਰੀਨ? ਨਹੀਂ, ਮੇਰੇ ਪਾਸ ਨਹੀਂ ਤਾਂ ਮੋਬਾਈਲ, ਮੈਂ ਰੱਖ ਦਿਆ ਤਾਂ ਆਪਕੋ ਮੈਸੇਜ ਕਰ ਗਿਆ। ਅੱਛਾ ਠੀਕ ਹੈ, ਇਹ ਸਕਰੀਨ ਦੇ ਉੱਤੋਂ ਸਕਰੀਨਸ਼ਾਟ ਲੈ ਲਓ
ਇਹ ਲਿਸਟ ਜਿਹੜੀ ਇਹਨੂੰ ਚੈੱਕ ਕਰ ਲਓ ਅਤੇ ਇਹ ਉਹ ਬੰਦੇ ਨੇ ਜਿਨ੍ਹਾਂ 'ਚੋਂ ਇੱਕ ਵੀ ਬੰਦਾ ਮੇਰਾ ਹਮਕ ਕੀਤਾ ਨਹੀਂ ਹੈ ਅਤੇ ਤੁਹਾਡਾ ਹਮਕ ਕੀਤਾ ਨਹੀਂ ਹੈ। ਅਸਲਾਮ ਵਾਲੇਕੁਮ, ਇਹ ਫੋਟੋ ਲਾ ਸਕਦੇ ਹਾਂ ਨਾ ਬਰਾੜ ਦੇ, ਸਾਨੂੰ ਤਾਂ ਕੋਈ ਨਾ ਪਾਬੰਦੀ। ਹਾਂਜੀ ਹਾਂਜੀ, ਵਾਲੇਕੁਮ ਸਲਾਮ, ਬਿਲਕੁਲ ਲਾਓ। ਅਤੇ ਮੀਰ ਸਾਹਿਬ ਉਹ ਲਿਸਟ ਫਰਾਮ ਕਰਨ ਜਿਹੜਾ ਬੰਦਾ ਇਹਨਾਂ ਦੇ ਨਾਲ ਮੁਤਫਿਕ ਹੈ ਅਤੇ ਇਹਨਾਂ ਦਾ ਹਮ ਕੀਤਾ ਨਹੀਂ, ਇੱਕ ਬੰਦਾ ਪੇਸ਼ ਕਰ ਦੇਣ। ਕਿਹੜਾ ਬੰਦਾ ਮੀਰ ਸਾਹਿਬ ਕੋਲ? ਕੋਈ ਬੰਦਾ ਇਹਨਾਂ ਦੇ ਨਾਲ ਨਹੀਂ ਸਿਵਾਏ ਉਹਨਾਂ ਦੇ ਜਿਹੜੇ ਧੜਾ ਕੁੱਟਣ ਵਾਲੇ ਨੇ, ਅੰਨਾ ਮੋਚੀ ਹੋ ਗਿਆ ਅਤੇ 1122 ਹੋ ਗਿਆ ਅਤੇ ਕਾਲੂ ਸ਼ਾਲੂ ਹੋ ਗਿਆ, ਜੱਟ ਬੱਟ ਹੋ ਗਏ, ਇਹ ਹੀ ਨੇ ਨਾ ਜਿਹੜੇ ਮੀਰ ਸਾਹਿਬ ਨੂੰ ਇਹਨਾਂ ਤੁਸੀਂ ਸੱਚੇ ਹੋ ਮਰਦਾਈ ਬਹਿੰਦੇ ਨੇ ਨਾ। ਅੱਛਾ ਅਮਰ ਭਾਈ, ਇਸਮੇ ਮੁਸਲਮਾਨ ਲੱਗਦਾ ਤੁਹਾਡੀ ਮੇ ਲੜਾਈ ਹੋ ਜਾਣੀ ਅਮਰ ਭਾਈ, ਫਿਰ ਰੋਟੀ ਖਾਂਦੇ ਹਾਂ। ਅੱਛਾ ਆਪਣਾ ਅਮਰ ਭਾਈ, ਇਹਨਾਂ ਚ ਕੋਈ ਮੁਸਲਮਾਨ ਤੇ ਨਹੀਂ ਨਾ ਇਸ ਲਿਸਟ ਦੇ ਵਿੱਚ? ਮੈਂ ਇਹ ਪਿਆਨਾ ਜੋ ਵੀ ਹੈ ਨਾ, ਜੋ ਸਾਡਾ ਅਮ ਕੀਦਾ ਕੋਈ ਨੀ, ਨਾ ਤੁਹਾਡਾ ਨਾ ਮੇਰਾ। ਗਿਣ ਲਓ, ਪੜ ਲਓ, ਚੈੱਕ ਕਰ ਲਓ ਬੰਦੇ ਕਿਹੜਾ ਜਿਹੜਾ। ਖਿਲਾਫਤ ਗਰੁੱਪ ਦੇ ਦੋ, ਇੱਕ ਲਾਹੌਰੀ ਗਰੁੱਪ ਦੇ ਨੇ, ਦੋ ਜੰਬਾ ਗਰੁੱਪ ਦੇ ਨੇ, ਦੋ ਪੇਸ਼ ਕਰਨ ਮੀਰ ਲਤੀਫ ਸਾਹਿਬ ਜਿਹੜਾ ਉਹਨਾਂ ਦਾ ਹਮ ਕੀਦਾ ਨਹੀਂ ਤੇ ਉਹਨਾਂ ਦੇ ਹਮਾਇਤ ਚ ਖੜਾ ਉਹ ਬੰਦਾ ਪੇਸ਼ ਕਰਨ ਜਿਹੜਾ ਕਹਿੰਦਾ ਕਿ ਮੀਰ ਸਾਹਿਬ ਸੱਚ ਕਹਿ ਰਹੇ। ਅਸੀਂ ਉਹਦਾ ਬਜਾ ਕੇ ਆਪ ਬੂਹਾ ਖੜਕਾਂਗੇ, ਉਹਨੂੰ ਪੁੱਛਾਂਗੇ ਵੀ ਦੱਸ ਤੈਨੂੰ ਕਿਸ ਤਰ੍ਹਾਂ ਲੱਗਿਆ ਕਿ ਮੀਰ ਸਾਹਿਬ ਹੱਕ ਬਜਾਣ ਨੂੰ ਬੰਦੇ ਪੇਸ਼ ਕਰਨੇ। ਉਹਨਾਂ ਦਾ ਵੋਟ ਇੱਕ ਹੀ ਹੋਣਾ ਜੇ ਪੱਪੂ ਦਾ, ਹੋਰ ਕਿਸੇ ਦਾ ਨਹੀਂ ਹੋਣਾ। ਪੱਪੂ ਵੀ ਨਹੀਂ ਇਹ ਗੱਲ ਕਹਿੰਦਾ, ਸਵਾਲ ਹੀ ਨਹੀਂ ਪੈਦਾ, ਸਵਾਲ ਹੀ ਨਹੀਂ ਪੈਦਾ ਪੱਪੂ ਤੇ। ਐਡਾ ਪੱਪੂ ਚਵਲ ਨਹੀਂ ਆਇਆ ਤੁਸੀਂ। ਅੱਛਾ ਮੈਂ ਤੁਹਾਨੂੰ ਦੱਸਦਾ ਵਾਂ, ਮੇਰੇ ਲਤੀਫ ਸਾਹਿਬ ਨਾਲ ਪਰਸੋਂ ਜਦੋਂ ਤੇ ਤੁਸੀਂ ਵੀ ਥੋੜ੍ਹੀ ਜਿਹੀ ਸੁਣੀ ਹੈ, ਉਹਦੇ 'ਚ ਉਹ ਕਹਿ ਰਹੇ ਸਨ ਵੀ ਬਨੀ ਇਸਰਾਈਲ ਨੇ ਮੇਰੇ ਦਾਅਵੇ ਦੀ ਹਮਾਇਤ ਕੀਤੀ। ਉਹਨਾਂ ਨੇ ਕਿਹਾ ਵੀ ਤੁਹਾਡੀ ਗੱਲ, ਮੇਰੇ ਨਾਲ ਉਹਨਾਂ ਦੀ ਪਰਸੋਂ ਗੱਲ ਹੋਈ ਹੈ, ਤੇ ਅਗਰ ਉਹ ਕਹਿੰਦੇ ਨੇ, ਮੈਂ ਤੁਹਾਨੂੰ ਸਵਾਲ ਕਰਦਾ, ਅਗਰ ਉਹ ਕਹਿੰਦੇ ਨੇ ਕਿ ਇਸ ਲਿਸਟ 'ਚ ਫਲਾਂ ਫਲਾਂ ਬੰਦਾ ਹੈ ਜਿਨ੍ਹਾਂ ਨੇ ਸਾਡੇ ਦਾਅਵੇ ਦੀ ਹਮਾਇਤ ਕੀਤੀ ਹੈ ਜਾਂ ਕੋਈ ਐਸੀ ਗੱਲ, ਫਿਰ ਮੈਂ ਕੀ ਉਹਨਾਂ ਨੂੰ ਇਹਦਾ ਮਤਲਬ ਦੱਸ ਦਿਓ ਮੈਨੂੰ ਤੁਸੀਂ ਖੁਦ ਹੀ। ਇਹਨਾਂ 'ਚੋਂ ਕਿਸੇ ਬੰਦੇ ਨੇ ਉਹਨਾਂ ਦੇ ਇਸ ਦਾਅਵੇ ਦੀ ਹਮਾਇਤ ਨਹੀਂ ਕੀਤੀ ਭਾਈ ਜਾਨ? ਬਨੀ ਇਸਰਾਈਲ ਦੇ ਬਾਰੇ ਇਹਨਾਂ ਦਾ ਦਾਅਵਾ ਹੈ ਨਾ, ਇਹ ਸਾਰੇ ਬੰਦੇ ਸਾਡੇ ਮਹਿਤੀ ਨੇ ਨਾ, ਸਾਰਿਆਂ ਨੂੰ ਮੈਂ 1x1 ਪੁੱਛਿਆ, ਵੀਡੀਓ ਪੇਸ਼ ਕੀਤੀ ਹੈ, ਸਬੂਤ ਪੇਸ਼ ਕੀਤਾ ਹੈ, ਇਹਨਾਂ ਕੋਲੋਂ ਆਪਣੇ ਹੱਕ ਵਿੱਚ ਰਾਏ ਲਈ ਹੈ, ਤਾਂ ਮੈਂ ਉਹਨਾਂ ਦਾ ਨਾਂ ਲਿਖਿਆ, ਐਵੇਂ ਲਿਖਿਆ ਮੈਂ। ਇਹ ਸਭ ਲੋਕਾਂ ਨੂੰ 1x1 ਇੱਕ ਬੰਦਾ ਕਹਿ ਰਿਹਾ ਜੇ ਮਿਸ ਆ, ਉਹ ਬਨੀ ਇਸਰਾਈਲ ਤੇ ਨਹੀਂ ਕਿਤੇ ਜਿਹੜਾ ਮਿਸ ਆ ਇਸ ਲਿਸਟ 'ਚ? ਉਹਦਾ ਨਾਮ ਵਿਕਾਸ ਲਿਖਿਆ ਬਨੀ ਇਸਰਾਈਲ। ਅੱਛਾ, ਉਹਦਾ ਨਾਮ, ਓਕੇ ਠੀਕ ਹੈ। ਕੋਈ ਹਾਂ ਬਨੀ ਇਸਰਾਈਲ ਦੇ ਬਾਰੇ 'ਚ ਕਹਿ ਰਹੇ ਸਾਨੂੰ ਉਦੋਂ ਨਾ, ਚਲੋ ਠੀਕ ਹੈ। ਤੁਸੀਂ ਅਗਰ ਕਾਈਂਡਲੀ ਭੇਜ ਛੱਡੋ ਗਰੁੱਪ ਵਿੱਚ, ਤੇ ਚਲੋ ਅਸੀਂ ਉੱਥੋਂ ਆਪਣੀ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਤੁਹਾਨੂੰ? ਨਹੀਂ ਸਕਰੀਨਸ਼ਾਟ ਲੈਂਦੇ ਹਾਂ, ਲੇਕਿਨ ਇਹਨੂੰ ਅਸੀਂ ਜਦੋਂ ਕਰੋਪ ਕਰਦੇ ਹਾਂ ਫਿਰ ਉਹ ਕਰੋਪ ਦੇ ਵਿੱਚ ਪਿਕਸਲ ਵਗੈਰਾ ਦਾ ਇਸ਼ੂ ਹੋ ਜਾਂਦਾ। ਠੀਕ, ਸ਼ੁਕਰੀਆ, ਬਿਲਕੁਲ ਠੀਕ ਹੋ ਗਿਆ। ਪੁਆਇੰਟ ਨੂੰ ਸਮਝੋ, ਆਪਣੇ ਮੌਕਫ ਨੂੰ ਸਮਝੋ ਵੀ ਸਾਡਾ ਮੌਕਫ ਹੈ ਕੀ ਹੈ। ਹੁਣ ਇਹਨਾਂ ਨਾਲ ਬਹਿਸ ਨਹੀਂ ਬਣਦੀ ਸਾਡੀ,
ਸਮਝ ਗਏ ਗੱਲ? ਵਾਮ ਵੀ ਕਹਿੰਦੀ ਤੁਸੀਂ ਸੱਚੇ ਹੋ, ਅਸੀਂ ਇਹਨਾਂ ਨਾਲ ਜਾ ਕੇ ਮੱਥਾ ਪਿਆ ਭੰਨਣਾ, ਗਾਲਾਂ ਪੀਆਂ ਖਾਣੀਆਂ ਨੇ ਇਹਨਾਂ ਕੋਲ। ਹੁਣ ਸਾਡੀ ਇਹਨਾਂ ਦੀ ਬਹਿਸ ਖਤਮ ਹੋ ਗਈ, ਹੁਣ ਇਸ ਇਹਨਾਂ ਬੰਦਿਆਂ ਨਾਲ ਅੱਜ ਉੱਥੇ ਲੱਗੇ ਰਹੇ ਨੇ ਉੱਠੋ ਤੁਸੀਂ ਘਰ ਯੱਬ 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 ਕਰਦਾ ਰਿਹਾ। ਸ਼੍ਰੀ ਤੱਲਾ ਜ਼ਹੂਰ ਮਲਿਕ ਨੇ, ਇੱਕ ਨਾਸਰ ਅਹਿਮਦ ਸਾਹਿਬ ਨੇ, ਉਹਨਾਂ ਦਾ ਮੈਂ ਇਹ ਨਾਂ ਨਹੀਂ ਲਿਖਿਆ, ਉਹਨਾਂ ਨੂੰ ਮੈਂ ਇਹ ਪੁੱਛਣਾ, ਸ਼ਾਇਦ ਉਹ 15ਵੇਂ ਬੰਦੇ ਹੋਣਗੇ, ਉਹ ਬਣੀ ਇਸਰਾਇਲ ਦੇ ਨਾਲ ਨੇ ਅਤੇ ਪਹਿਲਾਂ ਅਹਿਮਦ ਸੀ, ਅਤੇ ਉਹਨਾਂ ਨੇ ਦਊ ਨੇ ਚੰਗੀ ਟਰੁੱਥ ਸੀਕਰ ਦੀ ਕੁੱਤੀ ਨਿਭਾਈ। ਉਹਨਾਂ ਆਖਿਆ ਗੱਲ ਸੁਣ, ਤੂੰ ਅਮਰ ਕੋ ਨਾਮ ਲੈਣਾ ਚਾਹੁੰਦਾ ਹਜ਼ਾ, ਅਤੇ ਉਹਨਾਂ ਆਖਿਆ ਫਿਰ ਤੂੰ ਵੀ ਬਦਲੇ 'ਚ ਦੇਗਾ ਅਮਰ ਨੂੰ ਜੇ ਨਾ ਤੂੰ ਸਾਬਤ ਕਰ ਸਕਿਆ ਤੇ। ਅੱਗੋਂ ਟਰੁੱਥ ਸੀਕਰ ਦੀ ਸ਼ਲਵਾਰ ਗਿੱਲੀ ਹੋ ਗਈ। ਉਹਨਾਂ ਕਿਹਾ ਤੂੰ 500 ਲੈਣਾ ਚਾਹੁੰਦਾ ਹੈ ਅਤੇ ਅਮਰ ਨੂੰ ਤਾਂ 600 ਬਦਲੇ 'ਚ ਲੱਭਣਾ ਹੈ। ਅਗਰ ਮੀਰ ਸਾਹਿਬ ਨੇ ਦਾਅਵਾ ਨਾ ਸਾਬਤ ਕੀਤਾ ਤਾਂ ਉਹ ਤਾਂ 600 ਦੀ ਦਾਅਵਾ ਲੈ ਕੇ ਖਲੋਤੇ ਆ ਸਾਹਮਣੇ, ਅਤੇ ਜਾਂ ਤਾਂ ਤੂੰ ਮੀਰ ਸਾਹਿਬ ਵਾਲਾ ਭਾਰ ਸਾਰਾ ਚੁੱਕ ਲੈ ਆਪਣੇ ਮੋਢਿਆਂ ਦੇ, ਅਤੇ ਨਹੀਂ ਚੁੱਕ ਸਕਦਾ ਤਾਂ ਪਿੱਛੇ ਬਹਿ ਜਾ ਚੁੱਪ ਕਰਕੇ। ਬੜਾ ਉਹਨਾਂ ਬੇਇੱਜ਼ਤ ਕੀਤਾ ਇਹਨੂੰ, ਪਰ ਇਹ ਢੀਡ ਜੀ ਮਿੱਟੀ ਦੇ ਬਣੇ ਨੇ ਬੇਸ਼ਰਮ ਜੀ ਲੋਕ। ਇਸੇ ਵਜ੍ਹਾ ਤੋਂ ਮੈਂ ਉਸ ਦਿਨ ਉਹਦੇ ਨਾਲ ਡਿਬੇਟ ਜਾਂ ਕੋਈ ਬਹਿਸ ਨਹੀਂ ਸੀ ਕਰਨਾ ਚਾਹੁੰਦਾ, ਮੈਨੂੰ ਉਹਦੀ ਨੇਚਰ ਦਾ ਬੜੀ ਅੱਛੀ ਤਰ੍ਹਾਂ ਪਤਾ ਹੈ। ਮੈਂ ਕਿਹਾ ਉੱਥੇ ਫਾਇਦਾ ਨਹੀਂ ਆਇਆ, ਮੈਨੂੰ ਪਤਾ ਸੀ ਇਹੀ ਜੋ ਕੁਛ ਅੱਜ ਹੋਇਆ ਨਾ ਇਹੀ ਕੁਛ ਹੋਣਾ ਸੀ, ਉੱਦਾਂ ਕੋਈ ਰਿਜ਼ਲਟ ਨਹੀਂ ਸੀ ਨਿਕਲਣਾ। ਉਹਦੇ ਬੜਾ ਆਪਣੇ ਵੱਲੋਂ ਪੁਆਇੰਟ ਲੈ ਕੇ ਆਇਆ, ਇਹਨੂੰ ਇਹ ਨਹੀਂ ਪਤਾ ਵੀ ਇਹ ਪੁਆਇੰਟ ਤੇ ਅਸੀਂ 4-5 ਵਾਰੀ ਡਿਸਕਸ ਕਰ ਚੁੱਕੇ ਹਾਂ। ਉਹਨਾਂ ਨੇ ਦੱਸਿਆ ਸੀ ਨਾ ਪਿਆ ਸਵੇਰੇ ਉਹਨਾਂ ਨੇ ਬਾਰ ਬਾਰ ਦੱਸਦਾ ਸੀ, ਉਹ ਫਿਕਸ਼ਨ ਕਾ ਉਹਨਾਂ ਨੇ ਕਿਹਾ ਹੈ, ਬਾਤ ਇਹ ਹੈ ਕਿ ਜੋ ਬਾਤ ਉਹਨਾਂ ਨੇ ਕਹੀ ਹੈ ਇਹ ਬਾਤ 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 ਕਰੀ ਜਾਂਦਾ ਸੀ। ਉਤਲੇ ਦੋਵੇਂ ਜਿਹੜੇ ਵਰਡ ਨੇ ਇਹਨਾਂ ਦਾ ਤਰਜਮਾ ਸਿਰਫ ਲਿਖ ਦੇਵੇ ਇੱਥੇ, ਬਸ ਤਰਜਮਾ ਲਿਖ ਦੇਵੇ। ਮੈਂ ਬਿਜ਼ੀ ਹੋਣ ਲੱਗਾ ਬਾਅਦ ਗੱਲ ਕਰਨੀ ਹੈ। ਠੀਕ ਠੀਕ, ਇਹ ਗੱਲ ਵੈਸੇ ਬਿਲਕੁਲ ਬੜੀ ਗੱਲ ਹੈ ਕਿ ਜਿਹੜਾ ਵੀ ਮਿਰਜ਼ਾਈ ਆ ਕੇ ਇਹ ਗੱਲ ਕਹਿੰਦਾ ਹੈ ਕਿ ਜੀ ਮੀਰ ਲਤੀਫ ਸਾਹਿਬ ਦਾ ਮੌਕਫ ਸਹੀ ਹੈ, ਉਹਨੂੰ ਕੋਲ ਠੀਕ ਹੈ, 500 ਦਾ ਇਨਾਮ ਅਸੀਂ ਦਿੱਤਾ, ਅਗਰ ਤੂੰ ਸਾਬਤ ਕਰ ਦੇ ਤਾਂ ਤੈਨੂੰ 500 ਯੂਰੋ ਮਿਲਣਗੇ, ਤੂੰ ਨਾ ਸਾਬਤ ਕਰ ਗਿਆ ਤਾਂ ਫਿਰ ਤੂੰ 600 ਦੇਂਗਾ, ਤਾਂ ਆ ਜਾ ਗੱਲ ਕਰ ਲੈਂਦੇ। ਅਸੀਂ ਜਿੱਤ ਗਏ, ਸਾਡੇ ਪੈਸੇ ਰੱਖੋ, ਬੇਸ਼ਰਮੀ ਦੀ ਤਾਰਕ ਚੌਹਾਨ ਸਾਹਿਬ, ਜਿਹੜਾ ਬੰਦਾ ਬੇਈਮਾਨ ਹੋਵੇ ਨਾ, ਬੇਈਮਾਨ ਆਦਮੀ ਆਪਣਾ ਇਤਬਾਰ ਖੁਦ ਗਵਾ ਦਿੰਦਾ ਵਾ ਹਰ ਬੰਦੇ ਤੇ। ਹੁਣ ਮੈਨੂੰ ਨਹੀਂ ਉਮੀਦ ਕਿ ਨੈਕਸਟ ਟਾਈਮ ਕਾਲੂ ਦੀ ਕੋਈ ਬੰਦਾ ਗਰੰਟੀ ਭਰੇਗਾ। ਜੋ ਕਲਮਾਤ ਉਹਨੇ ਰਾਤੀ ਖੂਬਸੂਰਤ ਅਦਾ ਕੀਤੇ ਨੇ ਨਾ ਅਲੀਮ ਸਾਹਿਬ ਦੀ ਖਿਦਮਤ ਵਿੱਚ, ਉਹ ਸਿੱਧੂ ਸਾਹਿਬ ਦੀ ਖਿਦਮਤ ਚ, ਹਾਲਾਂਕਿ ਸਿੱਧੂ ਨੂੰ ਮੈਂ ਸ਼ਰੀਫ ਆਦਮੀ ਅੱਲਾਹ ਦੀ ਕਸਮ ਸਮਝਦਾ। ਯਾਨੀ ਇਹਨੇ ਮੁਸਲਮਾਨਾਂ ਕੋ ਵੀ ਗੱਲਾਂ ਸੁਣੀਆਂ ਤੇ ਕੋ ਵੀ ਸੁਣੀਆਂ, ਠੀਕ ਆ, ਤੇ ਤੂੰ ਉਹਨੇ ਪੈਸੇ ਵੀ ਭਰੇ ਵਿਚਾਰੇ ਨੇ। ਤਾਰਕ ਸਾਹਿਬ ਅਸਲ ਜੇ ਲੋਬੀ ਹੈ ਨਾ, ਇੱਕ ਪੂਰੀ ਬੜੀ ਸਟਰੋਂਗ ਲੋਬੀ ਹੈ, ਠੀਕ ਹੈ। ਤੁਸੀਂ ਇਹ ਨਾ ਵੇਖੋ ਕਿ
ਇਮਰਾਨ ਕਾਹਲੂ, ਇਮਰਾਨ ਕਾਹਲੂ ਦਾ ਰਿਮੋਟ ਕੰਟਰੋਲ 11 ਬਾਈ ਦੇ ਹੱਥ ਵਿੱਚ, ਠੀਕ ਹੈ? ਤੁਸੀਂ ਕਿਤੇ ਵੀ ਵੇਖ ਲਓ, ਬਲਕਿ ਰਾਤ ਵਾਲੀ ਗੱਲ ਵੇਖ ਲਓ, ਉਹ ਤੁਸੀਂ ਆਡੀਓ ਨੂੰ ਗੌਰ ਨਾਲ ਸੁਣੋ, ਤੇ ਇਮਰਾਨ ਕਾਹਲੂ ਨੂੰ ਡਿਕਟੇਟ ਕਰ ਰਿਹਾ। ਤੁਹਾਡੇ ਕਹਿਣ ਦਾ ਮਤਲਬ ਇਹ ਵੀ, ਮਤਲਬ ਤੁਸੀਂ ਕਾਹਲੂ ਸਾਹਿਬ ਇਹ ਕਹਿਣਾ ਚਾਹ ਰਹੇ ਹੋ, ਮਤਲਬ ਤੁਹਾਡਾ ਮਤਲਬ ਹੈ ਕਿ ਇਹ ਚੀਜ਼ ਨਹੀਂ ਪੂਰੀ ਹੋਈ? ਇਹ ਤੁਸੀਂ ਫਿਰ ਉਹਨੇ ਜਦੋਂ ਉਹਨੂੰ ਕਿਹਾ ਕਿ ਉਹ ਚੱਲੀਏ, ਉਹਦੇ ਨਾਲ ਉਹਨੂੰ ਡਿਕਟੇਟ ਕਰ ਰਿਹਾ ਸੀ ਬਕਾਇਦਾ। ਮੈਂ ਤੇ ਖੈਰ ਮੇਰਾ ਤੇ ਹੈ ਹੀ ਐਸੇ, ਮੈਂ ਕਿ ਮੈਂ ਤਲਕ ਰਿਹਾ, ਮੈਂ ਤੇ ਇਹਨਾਂ ਚੀਜ਼ਾਂ ਨੂੰ ਅਬਜ਼ਰਵ ਕਰਦਾ ਵਾਂ। ਹਰ ਜਗ੍ਹਾ ਤੇ ਉਹ ਜਾ ਰਿਹਾ ਔਰ ਕੋਸ਼ਿਸ਼ ਕਰ ਰਿਹਾ ਔਰ ਪੰਗੇ ਲੈ ਰਿਹਾ, ਹੋਰ ਕੋਈ ਬੰਦਾ ਇੰਨਾ ਐਕਟਿਵ ਨਹੀਂ ਸੀ ਜਿੰਨਾ ਉਹ ਖੁਦ ਐਕਟਿਵ ਸੀ, ਠੀਕ ਹੈ? ਤੇ ਇਸ ਤੋਂ ਬਾਅਦ ਫਿਰ ਨਾਸਰ ਭੱਟ ਸਾਹਿਬ ਇਹਨਾਂ ਰਲੇ ਹੋਏ ਨੇ, ਫਿਰ ਫੁਰਕਾਨ, ਫਿਰ ਇਸ ਤਰ੍ਹਾਂ ਮੀਰ ਲਤੀਫ, ਮੀਰ ਸਲੀਮ, ਮਤਲਬ ਇਹ ਸਾਰੀ ਇੱਕ ਚੇਨ ਹੈ। ਇਹ ਸਿਰਫ ਇਮਰਾਨ ਕਾਹਲੂ ਨਹੀਂ ਹੈ, ਇਹ ਉੱਤੇ ਤੱਕ ਇੱਕ ਚੇਨ ਜਾਂਦੀ ਹੈ। ਔਰ ਇਹ ਕੋਈ ਇਹ ਨਹੀਂ ਵੀ ਕੁਆਮ ਜਾਂ ਕੋਈ ਇਸ ਤਰ੍ਹਾਂ, ਇਹ ਵਾਕਈ ਇਹਨਾਂ ਦੇ ਖਾਸ ਤਾਲੁਕਾਤ ਹੈ ਨੇ ਜਮਾਤ ਦੇ ਨਾਲ, ਕੋਰ ਦੇ ਨਾਲ ਕੋਈ ਇਹਨਾਂ ਦਾ ਹੈ ਵੈਸੇ ਸਿਲਸਿਲਾ। ਮੈਂ ਇਸ ਤਰ੍ਹਾਂ ਲੱਗਦਾ ਤੇ ਇਹ ਗੱਲ ਤੁਹਾਡੀ ਸਹੀ ਹੈ ਕਿ ਕੋਈ ਹੈ ਸਪੈਸ਼ਲ ਇਹਨਾਂ ਦੇ ਨਾਲ ਮਾਮਲਾ। ਚਲੋ ਗਿਆ ਅਸੂਲਨ, ਤੇ ਅਗਰ ਕੋਈ ਇਹਨਾਂ ਨੂੰ ਅਕਲ ਹੁੰਦੀ ਮਿਰਜ਼ਾਈਆਂ ਨੂੰ, ਤੇ ਇਹ ਇਸ ਚੀਜ਼ ਦਾ ਹੁਣ ਜ਼ਿਕਰ ਵੀ ਨਾ ਕਰਦੇ, ਬਲਕਿ ਬਹੁਤ ਪਹਿਲੇ ਪੈਸੇ ਦੇ ਕੇ ਗੱਲ ਮੁਕਾ ਦਿੰਦੇ। ਲੇਕਿਨ ਉਹ ਖੁਦ ਹੀ ਆਪਣੀ ਜ਼ਿਲਤ ਵਧਾ ਵਧਾ ਕੇ ਲੋਕਾਂ ਨੂੰ ਦੱਸ ਰਹੇ ਨੇ। ਅਸਲ ਵਿੱਚ ਤਾਰਕ ਚੌਹਾਨ ਸਾਹਿਬ, ਅਸੂਲ ਜਿਹੜਾ ਤੁਸੀਂ ਅਸੂਲਨ ਅਸੂਲਨ ਬਾਤ ਬਾਰ ਬਾਰ ਕਰਦੇ ਜੇ ਨਾ, ਇਹ ਤੁਸੀਂ ਗਲਤ ਇਸਤੇਮਾਲ ਕਰ ਰਹੇ ਜੇ ਲਫ਼ਜ਼। ਅਸੂਲ ਕੀ ਹੁੰਦਾ? ਅਸੂਲ ਚੱਲਦਾ ਹੀ ਅਸੂਲ ਅਸੂਲ ਤੇ ਇਹ ਵੇ ਕਿ ਜਿਸ ਗਰੰਟਰ ਨੇ ਪੈਸੇ ਚੁੱਕੇ ਉਹਦੀ ਮੈਂ ਕਵਾਂ ਮੈਨੂੰ ਤੁੰਨ ਦਿਆਂਗਾ, ਅੰਬ ਤੇ ਚੜੇ ਵੜੇ ਭਾਂਡੇ ਚ ਸ਼ਰਾਬੀ ਅਲੀਮ ਨਾ ਹੁੰਦਾ ਤੇ ਤੁਹਾਨੂੰ ਰਿਵਿਊ ਦਾ ਚਾਂਸ ਕਦੀ ਵੀ ਨਹੀਂ ਸੀ ਮਿਲਣਾ, ਕਦੀ ਵੀ ਨਹੀਂ ਸੀ ਮਿਲਣਾ, ਠੀਕ ਹੈ? ਲੇਕਿਨ ਹਜ਼ਰਤ ਅਲੀ ਦੀ ਇੱਕ ਰਵਾਇਤ ਹੈ, ਪਤਾ ਨਹੀਂ ਉਹਦੀ ਸਨਦ ਠੀਕ ਹੈ ਜਾਂ ਜ਼ਈਫ ਹੈ, ਲੇਕਿਨ ਉਹ ਗੱਲ ਬੜੀ ਮੈਨੂੰ ਕਿ ਜਿਹਦੇ ਨਾਲ ਨੇਕੀ ਕਰੋ ਉਹਦੇ ਸ਼ਰ ਤੋਂ ਡਰੋ। ਨਹੀਂ ਇਹ ਬਿਲਕੁਲ ਸਹੀ ਗੱਲ ਹੈ। ਇਸ ਬੰਦੇ ਨੇ ਹੁਣ ਸਿੱਧੂ ਸਿਆਲਕੋਟ ਸਾਹਿਬ ਦੀ ਗਰੰਟੀ ਚੁੱਕ ਲੈਣ ਤੇ ਗੱਲ ਕਰਿਓ ਜੀ, ਕੋਈ ਵੀ ਨਹੀਂ ਚੁੱਕੇਗਾ ਜੋ ਜਿਸ ਤਰੀਕੇ ਨਾਲ ਜ਼ਲੀਲ ਕਰ ਰਹੇ ਲੋਕਾਂ। ਜੀ ਜੀ, ਮੌਲਵੀ ਸਾਹਿਬ ਬੜੇ ਇਹਦੇ ਹਮਾਇਤ ਯਾਫਤਾ ਔਰ ਬੜੀ ਜਨਾਬ ਦੀ ਸਪੋਰਟ 'ਚ ਗੱਲਾਂ, ਔਰ ਰਾਤੀ ਮੈਨੂੰ ਇਹਦੇ ਕੋਲ ਗੱਲਾਂ ਗੁੱਲਾਂ ਸੁਣ ਨਹੀਂ, ਮੇਰੇ ਕੋਲ ਗੱਲਾਂ ਸੁਣਨ ਤੋਂ ਬਾਅਦ ਦੀ ਗੱਲ ਹੀ ਹੈ। ਉਹਨੇ ਮੌਲਵੀ ਸਾਹਿਬ ਨੂੰ ਵੀ ਰਗੜ ਦਿੱਤਾ ਸੀ ਜੀ, ਛੱਡੀ ਨਹੀਂ ਉਹਨੇ ਕਿਸੇ ਨੂੰ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਬਿਲਾਲ ਬਾਈ, ਤਾਰਕ ਚੌਹਾਨ ਬਾਈ, ਮੈਂ ਇੱਕ ਗੱਲ ਸੋਚ ਰਿਹਾ ਪਿਆ ਬੜੀ ਦੇਰ ਦੀ ਜੀ, ਤੇ ਮੈਨੂੰ ਕੁਛ ਕੜੀਆਂ ਮਿਲਦੀਆਂ ਨਜ਼ਰ ਆਈਆਂ ਨੇ, ਉਹ ਤੁਹਾਡੇ ਅੱਗੇ ਅਰਜ਼ ਕਰਨ ਲੱਗਾ। ਠੀਕ। ਜਿਹੜਾ ਨਾ ਇਮਰਾਨ ਕਾਹਲੂ, ਇਹਦਾ ਅਸਲ ਦੁਸ਼ਮਣ ਜਿਹੜਾ ਨਾ, ਜਿਹਨੂੰ ਆਪਣਾ ਮੁਖਾਲਫ ਸਹੀ ਕਹਿੰਦਾ, ਇਹ ਅਲੀਮ ਨਹੀਂ ਹੈ, ਇਹ ਛੋਟੀ ਸਰਕਾਰ ਹੈ।
ਉਹਦੇ ਅਲੀਮ ਦੀ ਬਰਾੜ ਦੇ ਉੱਤੇ ਬਾਰ ਬਾਰ ਪੈਗਾਮ ਕੌਣ ਪਿਆ ਲਿਆਉਂਦਾ ਸੀ? ਛੋਟੀ ਸਰਕਾਰ ਰਾਬਤਿਆਂ 'ਚ ਕੌਣ ਸੀ? ਛੋਟੀ ਸਰਕਾਰ। ਅਲੀਮ ਇਹਨੂੰ ਚੁੱਕਦਾ ਸੀ। ਅਲੀਮ ਦਾ ਖਾਸ ਬੰਦਾ ਜਿਹੜਾ ਏ ਛੋਟੀ ਸਰਕਾਰ ਏ, ਅਤੇ ਛੋਟੀ ਸਰਕਾਰ ਦੇ ਜ਼ਰੀਏ ਹੀ ਅਲੀਮ ਨੇ ਇਹਨੂੰ ਜ਼ਿਬਾ ਕਰਵਾਇਆ। ਛੋਟੀ ਸਰਕਾਰ ਅਲੀਮ ਇੱਕ ਹੀ ਚੀਜ਼ ਏ। ਜਿੱਥੇ ਅਲੀਮ ਬੋਲ ਰਿਹਾ ਹੋਏ ਜ਼ਿਬਾ ਕਰਵਾਇਆ ਕਿਉਂ ਹੋਇਆ ਉਹਨਾਂ ਨੇ ਫਿਰ? ਇਹਨਾਂ ਦੀ ਕੋਈ ਖਾਸ ਦੁਸ਼ਮਣੀ ਆਪਸ ਵਿੱਚ ਜਿਹੜੀ ਨਜ਼ਰ ਆਉਂਦੀ ਹੈ ਵੀ ਹੁਸੈਨੀ ਦੀ ਬਰਾੜ ਦੇ ਉੱਤੇ ਵੀ ਨਾ, ਹੁਸੈਨੀ ਦੀ ਬਰਾੜ ਦੇ ਉੱਤੇ ਅਕਸਰ ਇਕੱਠੇ ਹੁੰਦੇ ਨੇ, ਉੱਥੇ ਵੀ ਇਹਨਾਂ ਦੀ ਮੁਖਾਲਫਤ ਹੁੰਦੀ ਹੈ। ਉਹਦੀ ਵਜ੍ਹਾ ਇਹ ਹੈ, ਮੈਨੂੰ ਜਿੱਥੇ ਨਜ਼ਰ ਆਈ ਹੈ ਥੋੜ੍ਹੀ ਜਿਹੀ ਗੱਲ, ਜਿੱਥੇ ਅਲੀਮ ਓਕੇ ਓਕੇ ਕਰ ਰਿਹਾ ਹੁੰਦਾ ਨਾ, ਉੱਥੇ ਜਿਹੜੀ ਹੈ ਛੋਟੀ ਸਰਕਾਰ ਜਿਹਨੂੰ 1122 ਕਹਿੰਦੇ ਨੇ, ਇਹਦੀ ਵੀ ਜੀ ਜੀ ਹੁੰਦੀ ਹੈ। ਉਦੋਂ ਸਾਰੇ ਪੈਗਾਮ ਇਹ ਲੈ ਕੇ ਆਇਆ, ਕੱਲ੍ਹ ਨੂੰ ਆ ਕੇ ਪਿਆ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਨੂੰ ਫੋਨ ਆਇਆ ਨਹੀਂ ਆਇਆ, ਮੈਂ ਸੁੱਤੇ ਹਾਂ, ਮੈਂ ਸੁੱਤੇ 'ਚ ਸ਼ਾਇਦ ਬੋਲ ਦਿੱਤਾ। ਯਾਨੀ ਕਿ ਸਾਰਾ ਮਾਮਲਾ ਛੋਟੀ ਸਰਕਾਰ ਦੇ ਹੱਥੇ ਚੱਲ ਰਿਹਾ ਸੀ, ਅਤੇ ਅਲੀਮ ਮਾਸਟਰ ਮਾਇੰਡ ਜਿਹੜਾ ਸੀ ਉੱਤੇ ਬਹਿ ਕੇ ਲੱਗਿਆ ਸੀ ਕਹਿਣ ਕੇ ਰਿਵਿਊ 'ਤੇ ਜਾਣਾ ਚਾਹੀਦਾ, ਰਿਵਿਊ 'ਤੇ ਜਾਣਾ ਚਾਹੀਦਾ। ਹੋਰ ਕੋਈ ਬੰਦਾ ਨਹੀਂ ਸੀ ਹੈ ਸਵਾਏ ਇਹਨਾਂ ਦੋ ਬੰਦਿਆਂ ਤੋਂ। ਅਸੀਂ ਤਿਆਰ ਹਾਂ, ਅਸੀਂ ਤਿਆਰ ਹਾਂ। ਕੱਲ੍ਹ ਨੂੰ ਸ਼ਾਇਦ ਇੱਕ ਵਾਰੀ ਕਿਹਾ ਹੋਏਗਾ ਕਿ ਮੈਨੂੰ ਤਾਰਕ ਚੌਹਾਨ ਸਾਹਿਬ ਦੁਬਾਰਾ ਕਬੂਲ ਨੇ, ਠੀਕ ਹੈ। ਲੇਕਿਨ ਸਾਰਾ ਮਾਸਟਰ ਮਾਇੰਡ ਜਿਹੜਾ ਚੱਲਿਆ ਉਹ ਅਲੀਮ ਦਾ ਅਤੇ ਇਹਨਾਂ ਦਾ ਹੀ ਚੱਲਿਆ। ਕਾਲੂ ਨੇ ਆ ਕੇ ਉਸ ਦਿਨ ਬਰਾੜ ਦੇ ਉੱਤੇ ਕਿਹਾ ਸੀ ਨਾ ਸ਼ਾਇਦ ਭੱਟੀ ਦੀ ਕਿ ਮੈਂ ਤਾਂ ਸੁੱਤੇ ਹਾਂ, ਮੈਨੂੰ ਸਹੀ ਯਾਦ ਵੀ ਨਹੀਂ। ਅਤੇ ਉਹਨੂੰ ਮਰਵਾਉਣ ਅਤੇ ਜਿਹੜਾ ਜ਼ਿਆਦਾ ਹੱਥ ਉਹ ਛੋਟੀ ਸਰਕਾਰ ਦਾ, ਅਲੀਮ ਦਾ ਨਹੀਂ। ਅਲੀਮ ਤਾਂ ਇੱਕ ਗਰੰਟਰ ਸੀ ਵਿੱਚ, ਬਿਲਕੁਲ। ਉਹ ਛੋਟੀ ਸਰਕਾਰ ਜਿਹਨੂੰ ਹਾਲੇ ਤੱਕ ਸਮਝ ਨਹੀਂ ਸਕਿਆ ਨਾ, ਅਤੇ ਮੈਨੂੰ ਲੱਗਦਾ ਇਹਨੂੰ ਕਿਸੇ ਵੱਡੇ ਖੱਡੇ ਦੇ ਵਿੱਚ ਜ਼ਰੂਰ ਸੱਟੇਗਾ, ਵੱਡੇ ਟੋਏ ਦੇ ਵਿੱਚ ਜਿੱਥੋਂ ਇਹ ਨਿਕਲਣਾ ਵੀ ਇਹਦਾ ਮੁਸ਼ਕਲ ਹੋ ਜੇ। ਇਹ ਛੋਟੀ ਸਰਕਾਰ ਛੋਟੀ ਜਿਹੀ ਸ਼ੈ ਨਹੀਂ ਜੇ। ਹੁਣ ਤੁਸੀਂ ਦੱਸੋ ਇਹਦੇ ਤੋਂ ਮੁਤਫਿਕ ਹੁੰਦੇ ਇਸ ਗੱਲ ਤੋਂ ਜਾਂ ਨਹੀਂ? ਹਾਂ, ਨਹੀਂ ਨਹੀਂ ਫਸਾਦ ਦੀ ਜੜ ਤਾਂ ਉਹੀ ਹੈ ਜਿਹੜੇ ਉਹ ਬਾਰ ਬਾਰ ਨਵੇਂ ਨਵੇਂ ਪੰਗੇ ਖੜੇ ਕਰ ਲੈਂਦਾ। ਹਾਂਜੀ, ਉਹ ਛੋਟੀ ਉਮਰ ਦਾ ਸੀ, ਹਲੇ ਆਪਣੀ ਤਬਲੀਗ ਪਿਆ ਕਰਦਾ ਸੀ, ਅਤੇ ਉਹਨੂੰ ਵਿੱਚ ਫਸਾ ਕੇ ਅਤੇ ਉਹਦੀ ਤਬਲੀਗ ਕਰ ਦਿੱਤੀ ਜ਼ੀਰੋ। ਉਹ ਹੁਣ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗੇ ਆ, ਅਤੇ ਛੋਟੀ ਸਰਕਾਰ ਬੱਲੇ ਬੱਲੇ ਪਿਆ ਕਰਦਾ ਹੈ, ਤੇਰਾ ਮੌਕਾ ਸਹੀ ਸੀ, ਤੇਰਾ ਸੀ, ਬਿਲਕੁਲ ਯੇ ਹੈ ਵੋ ਹੈ। ਹਕੀਕਤ ਹੈ ਜਿਹਨੂੰ ਮਰਵਾਉਣ ਵਾਲੀ ਛੋਟੀ ਸਰਕਾਰ ਹੈ। ਇਹ ਵੀ ਗੱਲ ਇਨਸ਼ਾਅੱਲਾ ਕਿਸੇ ਨਾ ਕਿਸੇ ਦਿਨ ਖੁੱਲ੍ਹ ਜਾਣੀ, ਆ ਜਾਣੀ ਕਿ ਛੋਟੀ ਸਰਕਾਰ ਮੈਂ ਤਾਂ ਤੈਨੂੰ ਫੋਨ, ਤੂੰ ਮੈਨੂੰ ਫੋਨ ਕੀਤਾ, ਮੈਂ ਤਾਂ ਫੋਨ ਚੁੱਕਿਆ ਹੀ ਨਹੀਂ ਸੀ, ਤੂੰ ਆਪਣੇ ਕੋਲ ਕਿਉਂ ਕਹਿੰਦਾ ਰਿਹਾ। ਇਹ ਆਪਸ ਵਿੱਚ ਵੀ ਪੱਟਣਗੇ, ਬਿਲਕੁਲ। ਅਤੇ ਫਿਰ ਉੱਥੇ ਅਲੀਮ ਹੋ ਗਿਆ ਸਾਹਮਣੇ ਸਿੱਧਾ, ਹਾਂਜੀ ਹੁਣ ਕਰੋ ਗੱਲ। ਅਲੀਮ ਬਜ਼ਾਤੇ ਖੁਦ ਜਿਹੜਾ ਥੋੜ੍ਹੀ ਜਿਹੀ ਸਮਝ ਬੂਝ ਰੱਖਦਾ। ਨਹੀਂ, ਅਲੀਮ ਸਾਹਿਬ ਦੇ ਹਜੇ ਤੱਕ ਤਾਂ ਉਹਨਾਂ ਨੇ ਬੜੇ ਇਨਸਾਫ ਨਾਲ ਕੰਮ ਲਿੱਤਾ। ਹੋ ਹੀ ਨਾ, ਉਹ ਸਿੱਧੂ ਸਾਹਿਬ ਵਿਚਾਰੇ ਕੀ ਕਰਦੇ ਫਿਰ? ਉਹ ਵਿੱਚ ਗਰੰਟਰ ਆਏ, ਸਾਨੂੰ ਉਹਨਾਂ ਨੂੰ ਦੇਣੇ ਪੈਣੇ ਪੈਸੇ, ਉਹਨਾਂ ਦੇ ਦਿੱਤੇ, ਉਹਨਾਂ ਆਪਣੀ ਜ਼ਬਾਨ ਪੂਰੀ ਕੀਤੀ, ਬਿਲਕੁਲ ਉਹਨਾਂ ਨੇ ਆਪਣੀ ਜ਼ਬਾਨ ਪੂਰੀ ਕੀਤੀ ਜੀ। ਤੇ ਉਧਰ ਵੀ ਮੇਰਾ 1,00,000 ਰੁਪਈਆ ਦੇ ਦਿੱਤਾ। ਮਾਨੇ ਏਕ ਵੋ ਜੋ ਉਨਕੋ ਕੰਮ ਕਰਕੇ ਮਾਨੇ, ਠੀਕ ਹੈ।